ਦੁੱਧ ਦੇ ਖਾਲੀ ਨਹੀਂ ਦਿੰਦੇ, ਦੁੱਧ ਵਿੱਚ ਕੇਸੂਆਂ ਦੇ ਫੁੱਲ ਪੈਂਦੇ ਨੇ। ਅੱਛਾ, ਉਹਨਾਂ ਦੀ ਖੁਸ਼ਬੂ ਆਉਂਦੀ ਹੈ। ਕਬੂਤਰ ਇਕੱਠੇ ਉਡਾਉਣ ਦਾ ਵੀ ਇਹ ਫਨ ਨੇ। ਕਬੂਤਰ ਨੂੰ ਜਦੋਂ ਟਿਕਰੀ ਬਣਾ ਕੇ ਉਡਾਉਣਾ ਹੋਵੇ ਨਾ, ਕਿ ਕਬੂਤਰ ਇਕੱਠੇ ਸਮਾਨ ਚਲੇ ਜਾਣ, ਸਾਡਾ ਜਿਹੜਾ ਦਾਣਾ ਪਾਣੀ ਹੈ ਨਾ, ਇਹਦੇ ਨਾਲ ਕਬੂਤਰ ਇਕੱਠਾ ਨਹੀਂ ਪੈਂਦਾ। ਇਹਦੀ ਵੀ ਮੈਂ ਤੁਹਾਨੂੰ ਇੱਕ ਹੁਣੇ ਸਟੋਰੀ ਸੁਣਾਉਂਦਾ ਵਾਂ। ਉਹਦੀ ਵਜ੍ਹਾ ਹੈ ਕਿ ਸਾਡੇ ਦਾਣੇ ਪਾਣੀ 'ਚ ਜਿਹੜੀ ਕਸਤੂਰੀ ਹੈ ਨਾ, ਕਸਤੂਰੀ ਕਬੂਤਰ ਨੂੰ ਕਦੀ ਜੋੜਾ ਬਹਿਣ ਹੀ ਨਹੀਂ ਦੇ ਸਕਦੀ। ਅਮੀਰ ਆਜ਼ਮ ਖਾਨ ਦੀ ਛੱਤ 'ਤੇ ਇੱਕ ਦੋ ਭੈਣਾਂ ਉੱਡੀਆਂ, ਇੱਕੀ ਅਤੇ ਦੁੱਕੀ, ਜੰਮੀਆਂ ਇਕੱਠੀਆਂ, ਉੜਦੀਆਂ ਇਕੱਠੀਆਂ ਰਹੀਆਂ, ਬਹਿੰਦੀਆਂ ਇਕੱਠੀਆਂ ਸਨ। ਅੱਬੂ ਕਹਿੰਦੇ ਜਦੋਂ ਮੈਂ ਛੇੜਿਆ ਤਾਂ ਅਮੀਰ ਆਜ਼ਮ ਸਾਹਿਬ ਕਹਿੰਦੇ ਇਕੱਠੀਆਂ ਬੈਠਦੀਆਂ। ਅੱਬੂ ਕਹਿੰਦੇ ਅੱਜ ਇਕੱਠੀਆਂ ਨਹੀਂ ਬਹਿਣਗੀਆਂ, ਅੱਜ ਇਕੱਲੀਆਂ ਇਕੱਲੀਆਂ ਹੋ ਕੇ ਬਹਿ। ਕਹਿੰਦੇ ਜਦੋਂ ਆਈਆਂ 3 ਵਜੇ ਪ੍ਰਵਾਦ ਕਰਕੇ ਇਕੱਠੀਆਂ ਆਈਆਂ, ਕਹਿੰਦੇ ਮੈਨੇ ਉਸਤਾਦ ਆਪਕੋ ਕਹਾ ਨਹੀਂ ਥਾ ਕਿ ਇਕੱਠੀਆਂ। ਅੱਬੂ ਕਹਿੰਦੇ ਬਹਿ ਤਾਂ ਨਹੀਂ ਗਈਆਂ, ਕਹਿੰਦੇ ਆਖਰੀ ਡੰਡੇ ਤੱਕ ਇਕੱਠੀਆਂ ਆਈਆਂ, ਜੂੰ ਪੁੱਠੇ ਸਿੱਧੇ ਗੇੜੇ ਮਾਰ ਕੇ ਇੱਕ ਬਹਿ ਗਈ, ਇੱਕ ਫਿਰ ਉੱਠ ਕੇ ਸਮਾਨ ਚਲੇ ਗਏ, ਫਿਰ ਅੱਧੇ ਘੰਟੇ ਬਾਅਦ ਬੈਠ। ਇਸ ਦਾਣੇ ਪਾਣੀ ਦੀ ਸਾਡੇ ਦੀ ਸਭ ਤੋਂ ਵੱਡੀ ਖਸੂਸੀਅਤ, ਇਕੱਠਾ ਕਬੂਤਰ ਮਿਲਣਾ ਅਤੇ ਇਕੱਠਾ ਭੇਜਣਾ ਹੋਵੇ ਕਬੂਤਰ, ਉਹਦੇ ਵਿੱਚ ਖੁਸ਼ਬੂ ਬਹੁਤ ਜ਼ਰੂਰੀ ਹੈ। ਅੱਛਾ, ਮੈਂ ਤੁਹਾਨੂੰ ਦੱਸਣਾ ਨਹੀਂ, ਤੁਸੀਂ ਕੋਈ ਵੀ ਅੱਛਾ ਅਤਰ ਅਤਰ ਲੈ ਲਓ। ਗਰਮੀ ਵਿੱਚ ਕਬੂਤਰਾਂ ਕੋਲ ਆਉਂਦੀ ਸਮੈਲ, ਅਕਸਰ ਤੁਸੀਂ ਖੁੱਡੇ ਜਾਓ, ਸਮੈਲ ਆਉਂਦੀ ਕਬੂਤਰਾਂ ਨੂੰ ਆ ਵੀ ਬਹੁਤ। ਕਬੂਤਰਾਂ ਨੂੰ ਹਲਕਾ ਜਿਹਾ ਰੂਈ ਦੇ ਉੱਤੇ ਅਤਰ ਲਾ ਕੇ ਨਾ, ਮਾੜਾ ਮਾੜਾ ਇੰਝ ਬਗਲਾਂ ਦੇ ਵਿੱਚ ਲਾ ਦੇ, ਲਾ 5 ਮਿੰਟ ਪਹਿਲਾਂ ਪੱਲੇ ਤੋਂ, ਅਤੇ ਕਬੂਤਰਾਂ ਨੂੰ ਡਾ ਦਿਓ। ਕਬੂਤਰਾਂ ਇੰਝ ਗੋਲ ਟਿਕਰੀ ਬਣ ਕੇ ਸਮਾਨ ਜਾਵਾਂਗੇ, ਹੋਏ ਗਰਮ ਹੋਣ, ਕਬੂਤਰ ਠੰਡੇ ਨਾ ਹੋਣ, ਇੰਝ ਇੱਕ ਗੇੜੇ 'ਚ ਸਮਾਨ ਇਕੱਠੇ ਬੈਠਣਗੇ ਵੀ ਇਕੱਠੇ ਨਹੀਂ ਬੈਠਣਗੇ, ਨਿਕਲਣਗੇ ਜੇ ਦਾਣਾ ਪਾਣੀ ਸਾਡੇ ਵਾਲਾ, ਅਤੇ ਜੇ ਕਿਸੇ ਨੇ ਕੀ ਮੈਡੀਸਨ ਵੀ ਐਸੀਆਂ ਨੇ, ਹੁਣ ਇਕੱਠੇ ਹੀ ਬਹਿ ਜਾਂਦੇ ਨੇ ਸਾਰਾ ਕੁਝ। ਅੱਛਾ, ਕੇਸੂ ਦੇ ਫੁੱਲ ਪਾਏ ਦੁੱਧ ਦੇ ਵਿੱਚ, ਹਾਂ, ਅਤੇ ਕਬੂਤਰ ਅਗਲੇ ਦਿਨ ਅਖੀਰ ਨਹੀਂ ਤਾਂ ਸਟੀਮ ਦਿੱਤੀ ਹੁੰਦੀ, ਭਾਪ ਦਿੱਤੀ ਨਾ, ਕੇਸੂਆਂ ਦੇ ਫੁੱਲ ਭਾਪ, ਉਹਦੇ ਉੱਤੇ ਫਿਰ ਬੰਦਾ ਆਪ ਕੱਪੜਾ ਲੈਂਦਾ ਇੱਕ ਕਬੂਤਰ ਨੂੰ ਫੜ ਕੇ, ਅਤੇ ਉਹ ਭਾਪ ਹਲਕਾ ਹਲਕਾ ਉਹਨੂੰ ਜਿਹੜਾ ਨਾ ਟਕੋਰ ਟੈਪ ਹੋ ਜਾਂਦੀ, ਉਹਨੂੰ ਸਟੀਮ ਹੁੰਦਾ, ਜਿਵੇਂ ਬੰਦਾ ਨਹੀਂ ਚਗੂਜ਼ੀ ਅਤੇ ਆਪਣਾ ਸੋਨਾ ਬਾਥ ਲੈਣ ਸੋਨਾ ਬਾਥ, ਮਗਰ ਸੇਮ ਇੰਝ ਕਬੂਤਰਾਂ ਕਰਦੇ। ਕਬੂਤਰਾਂ ਦੇ ਅੰਦਰ ਜਿਹੜਾ ਨਾ ਸਾਰੀ ਦਰਦਾਂ ਖਿੱਚੀਆਂ ਜਾਂਦੀਆਂ ਨੇ, ਕਬੂਤਰ ਰਿਲੈਕਸ ਹੋ ਜਾਂਦਾ, ਠੀਕ ਹੈ। ਉਸ ਤੋਂ ਬਾਅਦ ਕਬੂਤਰ ਫਰੈਸ਼ ਹੋ ਗਿਆ ਅਤੇ ਉਹਨੇ ਅਗਲੇ ਦਿਨ ਫਿਰ ਕੰਮ ਕਰ ਦੇਣਾ। ਫਿਰ ਅਗਲੇ ਦਿਨ ਕੀ ਬਣਿਆ, ਬਹੁਤ ਅੱਛੇ ਕਬੂਤਰ, ਬਹੁਤ ਅੱਛੇ ਉੱਡੇ। ਫਿਰ ਕਹਿੰਦੇ ਨੇ ਤਾਹਰ ਖਾਨ, ਅਮੀਰ ਆਜ਼ਮ ਖਾਨ ਦੇ ਕਜ਼ਨ, ਇਹਦੇ ਕਬੂਤਰ ਸਨ ਫੌਜੀ, ਬਹੁਤ ਅੱਛਾ ਇਨਸਾਨ, ਬੜਾ ਚੰਗਾ, ਬਹੁਤ ਅੱਛਾ, ਮੈਨੂੰ ਬਹੁਤ ਪਸੰਦ ਬੰਦਾ। ਉਹਦੇ ਕੋਲੋਂ ਮੈਂ 17 ਬੜੀ ਦੀ ਚੱਲਦੀ ਪਈ ਸਾਡੀ, ਮੈਂ ਉਹਦੇ ਕੋਲ ਮੇਨ ਕਬੂਤਰ ਵੱਡਾ ਲੈ ਕੇ ਆਇਆ। ਅੱਛਾ, ਉਸ ਦੇ ਕਬੂਤਰ ਸਨ ਭੈੜੇ, ਪੈ ਗਏ ਬਾਜ਼ੀਆਂ ਹਾਰਦਾ ਪਿਆ ਸੀ, ਠੀਕ ਹੈ। ਅਬੂ ਮੀਰਾ ਨੂੰ ਕਿਹਾ ਕਿ ਮੇਰਾ ਕਜ਼ਨ ਹੈ ਅਤੇ ਮਾੜਾ ਥੋੜ੍ਹਾ ਜਿਹਾ, ਅਤੇ ਇਹਦੇ ਕਬੂਤਰ ਉਡਾ ਦਿਓ ਉਸਤਾਦ ਜੀ। ਅਬੂ ਕਹਿੰਦੇ ਮੈਂ ਉਡਾ ਦਾਂਗਾ, ਅਤੇ ਇਹ ਹੋ ਸਕਦਾ ਕੱਪ ਵੀ ਇੱਥੇ ਤੁਹਾਡਾ ਵੀ ਜਿਹੜਾ ਨਾ ਜਿੱਤ ਜਾਵੇ। ਅਬੂ ਕਹਿੰਦੇ ਆਪਣਾ ਬੰਦਾ ਜਿੱਤ ਜਾਵੇ ਆਪਣਾ ਮੀਰਾ, ਅਤੇ ਕਿਹੜੀ ਗੱਲ ਹੈ। ਅਬੂ ਕਹਿੰਦੇ ਮੈਂ ਜਾ ਕੇ ਵੇਖੇ ਤਾਂ ਕਬੂਤਰ ਇੰਝ ਬੈਠੇ ਇਕੱਠੇ, ਮੱਥਿਆਂ ਤੋਂ ਵਾਲ ਚੁੱਕੇ, ਥਕਾਵਟ 'ਚ, ਫੁੱਲ ਥਕਾਵਟ, ਮੱਥੇ ਤੋਂ ਵਾਲ ਚੁੱਕਦਾ ਕਬੂਤਰ ਠੰਡਾ ਨਹੀਂ ਹੋਇਆ ਹੁੰਦਾ, ਨਹੀਂ ਨਹੀਂ ਥਕਾਵਟ ਦੀ ਨਿਸ਼ਾਨੀ ਹੈ ਜਾਂ ਤਲਖ ਹੋਇਆ ਹੁੰਦਾ, ਥਕਾਵਟ ਦੀ ਨਿਸ਼ਾਨੀ ਮੱਥੇ ਤੋਂ ਵਾਲ ਚੁੱਕਣਾ, ਠੰਡੇ ਗਰਮ ਦਾ ਵੇਟ ਤੋਂ ਪਤਾ ਚੱਲਦਾ। ਅੱਛਾ, ਲਓ ਜੀ, ਕਹਿੰਦੇ ਮੈਂ ਹੱਥ 'ਚ ਫੜ ਕੇ ਉਹਨਾਂ ਨੂੰ ਆਪਣਾ ਰਗੜਿਆ ਮਲਿਆ, ਕੜਾਕੇ ਛੜਾਕੇ ਕੱਢੇ ਉਹਨਾਂ ਦੇ ਕਬੂਤਰ ਜਿਹੜੇ ਨੇ, ਅੱਧੇ ਘੰਟੇ ਜੋੜ ਅਤੇ ਹੋਰ, ਮਤਲਬ ਉਹਨਾਂ ਨੂੰ ਥੋੜ੍ਹੀ ਘੁੱਟਨਾਪ ਕੀਤੀ, ਤਲੀ ਲਾਈ ਨਾ, ਕਬੂਤਰ ਤਲੀ ਲਾਈ ਦੀ ਹੈ, ਤਲੀ ਲਾਈ ਲੱਗ ਸ਼ੱਕ ਮਲਿਆ ਉਹਨਾਂ ਨੂੰ, ਕਬੂਤਰ ਥਕਾਵਟ ਨਿਕਲ ਗਈ, ਕਬੂਤਰ ਛੱਡੇ, ਕਬੂਤਰ ਆਪਣਾ ਫਰੈਸ਼ ਹੋ ਗਿਆ, ਉਡਾਏ ਪਹਿਲਾ ਕਬੂਤਰ 12 ਤੋਂ ਬਾਅਦ ਆਇਆ, 6ਵਾਂ ਕਬੂਤਰ 6:30 ਵਜੇ, ਅਤੇ 7ਵੀਂ ਕਬੂਤਰ ਇੱਕ ਢਾਂਗਾ ਸਾਹਿਬ ਖਲੋ ਕੇ, ਅਤੇ ਨਾ ਰਾਤ ਨੂੰ ਬੋਰਡ ਸੀ ਅਤੇ ਬੋਰਡ 'ਤੇ ਬਹਿ ਗਏ। ਵਾਹ ਵਾਹ, 6:30 ਵਿੱਚ ਉਸ ਟਾਈਮ ਇੰਨੇ ਕਬੂਤਰ ਹੋ ਗਏ। ਉਹਨੇ ਆਉਂਦੀ ਦਫ਼ਾ ਉੱਥੋਂ ਦੀ ਜੁੱਤੀ ਬੜੀ
ਬਿਹਤਰੀਨ ਮਿਲਦੀ ਮੀਆਂ ਵਾਲੀ ਦੀ ਵੱਡੀ ਭਾਰੀ ਮੋਤੀਆਂ ਵਾਲੀ ਉਹ ਗਿਫਟ ਕੁੱਕੜੀ ਕੁੱਕੜ ਸਲਾਦਾ ਚਾਰਲਸ ਦਾ ਨਾਂ ਸੀ ਕੁੱਕੜ ਦਾ ਉਹ ਗਿਫਟ ਅਤੇ ਨਾਲ ਆਪਣਾ ਜਿਹੜਾ ਡੋਡਾ ਉੱਥੋਂ ਦੀ ਜਿਹੜੀ ਸੁਗਾਤ ਡੋਡਾ ਡੋਡਾ ਸੋਨ ਹਲਵਾ ਅੱਛਾ ਇਹ ਉਹਨਾਂ ਨੇ ਗਿਫਟ ਕੀਤਾ ਬੜੇ ਮਸਰੂਮ ਬੜੇ ਜੀਦਾਰ ਬੰਦੇ ਨੇ ਉਹਨਾਂ ਨੇ ਬੜੇ ਗਿਫਟ ਕਰਕੇ ਫਿਰ ਭੇਜਿਆ ਉਸਤਾਦ ਮਜ਼ਾ ਆ ਗਿਆ ਤੁਸੀਂ ਗਰਮ ਪਾਣੀ ਨਾਲ ਵੀ ਕਰਦੇ ਹੋ ਮਜੂਨ ਨਾਲ ਵੀ ਕਰਦੇ ਹੋ ਕੀ ਗਰਮ ਬੜੀਆਂ ਚੀਜ਼ ਗਰਮ ਪਾਣੀ ਨਾਲ ਵੀ ਹੋ ਜਾਂਦੇ ਨੇ ਮਜੂਨਾਂ ਨਾਲ ਵੀ ਹੋ ਜਾਂਦੇ ਨੇ ਖੁਰਾਕ ਨਾਲ ਵੀ ਹੋ ਜਾਂਦੇ ਨੇ ਅੱਜ ਕੱਲ੍ਹ ਤਾਂ ਗੋਲੀਆਂ ਵੀ ਬੜੀਆਂ ਆਈਆਂ ਨੇ ਜਿਹੜੀ ਖੁਰਾਕ ਅੱਛਾ ਮਲਟੀ ਵਾਈਟਾਮਿਨ ਯੂਜ਼ ਕਰਦੇ ਹੋ ਸਾਰੇ ਹੀ ਕੀਤੇ ਨੇ ਤਜਰਬੇ ਮੈਂ ਸਾਰੇ ਕਰਦਾ ਕੋਈ ਕੰਪਨੀ ਐਸੀ ਨਵੀਂ ਨਹੀਂ ਵਲਸਾ ਲਾਗਾ ਰੋਹਨ ਫਰੈਂਡਸ ਮਿਡ ਪੈਟ ਆਪਣਾ ਦੂਜਿਆਂ ਦੀਆਂ ਸਾਰੀਆਂ ਵਰਤੀਆਂ ਵਰਤ ਕੇ ਛੱਡੀਆਂ ਨੇ ਰੱਖੀਆਂ ਵੀ ਨੇ ਮੈਂ ਤੁਹਾਨੂੰ ਪਹਿਲਾਂ ਇੱਕ ਮਿੰਟ ਗੱਲ ਦੱਸਣਾ ਇਹਨਾਂ ਦੀ ਹਰ ਕੰਪਨੀ ਜਿਹੜੀ ਇਹਨਾਂ ਦੇ ਮੁਕਾਬਲੇ 'ਚ ਆਉਂਦੀ ਦੂਸਰੀ ਕੰਪਨੀ ਦੇ ਕੰਪੀਟੀਸ਼ਨ 'ਚ ਕਿ ਮੈਂ ਉਹ ਤੋਂ ਚੰਗੀ ਬਣਾਵਾਂ ਇਹਨਾਂ ਦੀ ਹੁੰਦੀ ਕਿੱਟ ਪੰਜ ਛੇ ਚੀਜ਼ਾਂ ਇਹਨਾਂ ਦੀ ਆਈਟਮ ਹੁੰਦੀਆਂ ਨੇ ਰਿਕਵਰੀ ਬੂਸਟ ਠੀਕ ਹੈ ਉਸ ਤੋਂ ਬਾਅਦ ਹਾਜ਼ਮੇ ਡਾਈਜੈਸਟ ਹਾਜ਼ਮੇ ਵਾਸਤੇ ਅਤੇ ਨਾਲ ਆਪਣਾ ਬਿਮਾਰੀਆਂ ਵਾਸਤੇ ਇਹਨਾਂ ਲੇਕਿਨ ਹਰ ਕੰਪਨੀ ਦੀ ਹਰ ਚੀਜ਼ ਚੰਗੀ ਨਹੀਂ ਫਲਾਣੀ ਮਿਡ ਪੈਡ ਦੀ ਫਲਾਣੀ ਚੀਜ਼ ਚੰਗੀ ਹੈ ਵਰਸਾ ਲਾਗਾ ਦੀ ਫਲਾਣੀ ਇਹ ਬੰਦੇ ਨੂੰ ਆਪ ਕਰਨਾ ਪੈਂਦਾ ਨਹੀਂ ਤੇ ਤੁਸੀਂ ਇਹ ਕਰ ਰਹੇ ਹੋ ਸਟਿਲ ਮੱਕੇ ਛੱਡ ਦਿੱਤੀ ਨਹੀਂ ਕਰਨਾ ਵਾ ਮੈਂ ਤਜਰਬੇ ਤੇ ਮੇਰੇ ਰੋਜ਼ ਹੁੰਦੇ ਤੇ ਮੇਰੇ ਕੋਲ ਬੜੀਆਂ ਚੀਜ਼ਾਂ ਨੇ ਇਹ ਕੰਮ ਦੀਆਂ ਜਿਹੜੀਆਂ ਮੇਰੇ ਹੱਥੇ ਲੱਗੀ ਆ ਔਰ ਮੈਂ ਇਸਤੇਮਾਲ ਕਰ ਰਿਹਾ ਹਾਂ ਇਹ ਠੀਕ ਨੇ ਕਬੂਤਰਬਾਜ਼ੀ 'ਚ ਹਾਂ ਠੀਕ ਯਾਰ ਗੱਲ ਪਤਾ ਕੀ ਹੈ ਜੇ ਤੇ ਤਗੜੇ ਆ ਨਾ ਪੈਸਾ ਪੁੱਜਦਾ ਫਿਰ ਤਾਂ ਚੀਜ਼ਾਂ ਠੀਕ ਨੇ ਹੁਣ ਇੱਕ ਬੰਦਾ ਹੀ ਮਾੜਾ ਹੈ ਮਜ਼ਦੂਰ ਹੈ ਦਿਹਾੜੀ ਉਹਨੂੰ ਤਾਂ ਨਹੀਂ ਮੈਂ ਕਹਿ ਸਕਦਾ ਜਾ ਤੂੰ ਜਾ ਕੇ ਵਿਨਿੰਗ ਟੋਨਕ ਲੈ ਆ ਜਾਂ ਸਪੀਡ ਪਲੱਸ ਲੈ ਆ ਜਾਂ ਸੈਂਟਰਮ ਸਿਲਵਰ ਲੈ ਆ ਜਾਂ ਦੂਜੀ ਤੀਜੀ ਲੈ ਆ ਨਹੀਂ ਕਰ ਸਕਦਾ ਉਹਨੂੰ ਫਿਰ ਮੈਂ ਉਹ ਕਬੂਤਰਬਾਜ਼ੀ ਕਰਵਾਉਣੀ ਹੈ ਹੁਣ ਗੋਰਿਆਂ ਨੇ ਵੀ ਇੱਕਾਂ ਦੀਆਂ ਬਣਾਈਆਂ ਨੇ ਦੇਸੀ ਚੀਜ਼ਾਂ ਦੀਆਂ ਬਣਾਈਆਂ ਨੇ ਉਹਨਾਂ ਨੇ ਕੈਮੀਕਲ ਨਹੀਂ ਪਾਏ ਉਹਨਾਂ ਨੇ ਵੀ ਇਹੀ ਦਾਲਚੀਨੀਆਂ ਅਤੇ ਇਹੀ ਜੈਫਲ ਜਲਬੱਤਰੀ ਪਾ ਕੇ ਅਤੇ ਠੰਡੇ ਗਰਮ ਕੀਤੇ ਨੇ ਬੂਸਟ ਨੂੰ ਆਪਣਾ ਅੰਗੂਰਾਂ ਦੇ ਇਹਦੇ ਨਾਲ ਕਰਤਾ ਮਨੱਖਿਆਂ ਦੇ ਨਾਲ ਕਰਕੇ ਅਤੇ ਇਹ ਚੀਜ਼ਾਂ ਪਾ ਕੇ ਗੋਰਿਆਂ ਨੇ ਵੀ ਇਨਸਾਨ ਹੀ ਨੇ ਇਹਨਾਂ ਚੀਜ਼ਾਂ ਦੀ ਬਣਾਈ ਉਹ ਹੀ ਫਿਰ ਮੈਂ ਉਹਨਾਂ ਦਾ ਮਤਬਾਦਲ ਉਹਨਾਂ ਨੂੰ ਇਹ ਕਰਵਾ ਦਿੰਦਾ ਵਾ ਆਪਣਾ ਸਰਬੈਕਸ ਪੁਆਤੀ ਸੈਂਟਰਮ ਦੀ ਜਗ੍ਹਾ 'ਤੇ ਇੱਧਰੋਂ ਗਰਮ ਪਾਣੀ ਸ਼ਾਣੀ ਖੁਰਾਕ ਬਣਾ ਕੇ ਮੋਟੀ ਲਾਚੀ ਮੋਚੀ ਇਹਨਾਂ ਦੇ ਦੇ ਦੂਰ ਛੱਡੇ ਹੋਰ ਵੀ ਬੜੀਆਂ ਚੀਜ਼ਾਂ ਨੇ ਸੋਏ ਸਫੈਦ ਮਿਰਚਾਂ ਬੜਾ ਬੜਾ ਤਗੜਾ ਪਾਣੀ ਹੈ ਕਬੂਤਰ ਆ ਕੇ ਲੰਮਾ ਪੈ ਗਿਆ ਆਹੋ ਡਿੱਗ ਗਿਆ ਪੈਰਾਂ ਤੋਂ ਨਹੀਂ ਉੱਠਦਾ ਪਿਆ ਕੀ ਕਰਾਂਗੇ ਬੜੀ ਡਿਫੈਂਜ ਹੋਇਆ ਐਰ ਕੀ ਹੋਇਆ ਮੇਰਾ ਇੱਕ ਸ਼ਗਿਰਦ ਕਬੂਤਰ ਲੈ ਕੇ ਆਇਆ ਕਬੂਤਰ ਲੱਤਾਂ 'ਤੇ ਖਲੋਵੇ ਹੀ ਨਾ ਮੋਢੇ ਵੀ ਸੁੱਟੇ ਅਤੇ ਧੌਣ ਵੀ ਸੁੱਟ ਗਿਆ ਅਤੇ ਕਹਿੰਦਾ ਉਸਤਾਦ ਜੀ ਬਚਾਓ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਉਹਦਾ ਜਿਹੜਾ ਹਾਜ਼ਮਾ ਠੀਕ ਕੀਤਾ ਠੀਕ ਹੈ ਹੋਮਿਓਪੈਥਿਕ ਦੇ ਜੇ ਆਉਂਦੀਆਂ ਨੇ ਇਹ 90% ਹੁੰਦੀ ਅਲਕੋਹਲ ਸ਼ਰਾਬ ਹੁੰਦੀ ਹੋਮਿਓਪੈਥਿਕ ਦੀ ਕੋਈ ਦਵਾ ਹੈ 90% ਅਲਕੋਹਲ ਹੈ ਇਸ ਮੌਕੇ ਦੇ ਉੱਤੇ ਸਭ ਤੋਂ ਵੱਡਾ ਛੱਕਾ ਇਹ ਹੀ ਮਾਰਦੀ ਹੈ ਹੋਮਿਓਪੈਥਿਕ ਦੀ ਹੋਰ ਕੋਈ ਦੇਸੀ ਦੂਸੀ ਵੀ ਨਹੀਂ ਮਾਰਦੀ ਜਲਦੀ ਰਿਕਵਰੀ ਦੇ ਵਿੱਚ ਅੱਛਾ ਮੈਂ ਆਪਣਾ ਇੱਕ ਕਤਰੇ ਹੁੰਦੇ ਨੇ ਨਕਸ ਵੋਮਿਕਾ ਇੱਕ ਕੁਚਲਾ ਹੁੰਦਾ ਕੁਚਲਾ ਮਾਰਿਆ ਹੁੰਦਾ ਜ਼ਹਿਰ ਹੁੰਦਾ ਕੁਚਲਾ ਕੁਚਲਾ ਜ਼ਹਿਰ ਹੈ ਨਾ ਉਹਨੂੰ ਮਾਰ ਕੇ ਬਣਾਉਂਦੇ ਨੇ ਨਕਸ ਵੋਮਿਕਾ ਬੜੇ ਪਾਵਰਫੁਲ ਕਤਰੇ ਹੁੰਦੇ ਨੇ ਨਕਸ ਵੋਮਿਕਾ ਨਕਸ ਵੋਮਿਕਾ ਮੈਂ ਦੱਸ ਦਿੰਦਾ ਲਓ ਜੀ ਉਹ ਮੈਂ ਨਾ ਉਹਨੂੰ ਦੋ ਦੋ ਕਤਰੇ ਕਰਕੇ ਨਾ ਪੰਜ ਪੰਜ ਦਸ ਦਸ ਸੀਸੀ ਪਾਣੀ 'ਚ ਮੈਂ ਦਿੰਦਾ ਰਿਹਾ ਵਾਂ ਕਬੂਤਰ ਨੂੰ ਕਬੂਤਰ ਬੇਹੋਸ਼ ਉਂਝੀ ਪਿਆ ਦੋ ਦੋ ਕਤਰੇ ਕਰਕੇ ਪਾਣੀ 'ਚ ਦਿੰਦਾ ਦਸ ਸੀਸੀ ਪਾਣੀ 'ਚ ਮਾਰ ਦੇ ਜੋ ਉਹ ਚਲਾ ਗਿਆ ਮਿੱਠਾ ਮਾਰਨ ਲੱਗ ਪਿਆ ਪਿੱਛੋਂ ਫਿਰ ਦੋ ਘੰਟੇ ਦੋ ਬਾਅਦ ਦੇ ਦਿੱਤੇ ਇੰਝ ਕਰ ਇਹਦੇ ਤੋਂ ਪਹਿਲੇ ਤੁਸੀਂ ਕੋਈ ਟ੍ਰੀਟਮੈਂਟ ਉਹਦੀ ਕੀਤੀ ਸੀ ਕੋਈ ਹਾਜ਼ਮੇ ਹੁਜ਼ਮੇ ਸਿਰਫ ਉਹਨੂੰ ਪਲਟਾਇਆ ਅੱਛਾ ਸਿਰਫ ਉਹਨੂੰ ਪਲਟਾਇਆ ਉਹਦੀ ਜਿਹੜੀ ਕੰਡੀਸ਼ਨ ਸੀ ਨਾ ਉਹਨੂੰ ਕੋਈ ਦਵਾਈ ਕੋਈ ਗੋਲੀ ਕੋਈ ਖੁਰਾਕ ਦਿੰਦਾ ਨਾ
ਤੇ ਉਹਨੇ ਮਰ ਜਾਣਾ ਸੀ। ਹਾਂ, ਉਹਦਾ ਇਲਾਜ ਹੀ ਪਾਣੀ ਸੀ, ਤੇ ਪਾਣੀ ਦੇ ਵਿੱਚ ਹੀ ਤੁਸੀਂ ਜਿਹੜੀ ਚੀਜ਼ ਇਸਤੇਮਾਲ ਕਰਨੀ ਸੀ ਨਾ ਉਹਨੇ ਹੀ ਉਹਨੂੰ ਠੀਕ ਕਰਨਾ। ਨਕਸ ਵੋਮਿਕਾ, ਹਾਂ, ਉਂਝ ਤੇ ਬੜੀਆਂ ਬੜੀਆਂ ਚੀਜ਼ਾਂ ਨੇ, ਇੰਜੈਕਸ਼ਨ ਵੀ ਨੇ, ਸਾਰਾ ਕੁਛ ਹੈ, ਲੇਕਿਨ ਉਹ ਮੌਕਾ ਜਿਹੜਾ ਬਣਿਆ ਸੀ ਉਹਦੇ 'ਤੇ ਨਕਸ ਵੋਮਿਕਾ ਸਭ ਤੋਂ ਚੰਗੀ ਹੈ। ਉਹਨੂੰ ਮੈਂ ਪਿਆਉਂਦਾ ਰਿਹਾ, ਆਇਆ ਉਹ ਮੇਰੇ ਕੋਲ ਮੁੰਡਾ ਸ਼ਾਮ ਨੂੰ ਕਬੂਤਰ ਉਂਝ ਹੀ ਪਿਆ, ਜਦੋਂ ਮੈਂ ਵੇਖਿਆ ਨਾ ਪਿੱਛੇ ਵਿੱਠਾਂ ਦੇ ਢੇਰ ਲੱਗ ਗਏ ਨੇ, ਵਿੱਠਾਂ ਮਰਨ ਲੱਗ ਪਿਆ, ਮੈਂ ਕਿਹਾ ਹੁਣ ਕਬੂਤਰ ਬੇਹੋਸ਼ੀ ਦੀ ਹਾਲਤ 'ਚ, ਕਿਉਂਕਿ ਸ਼ਰਾਬ 90% ਕੋਹਲ ਕਬੂਤਰ ਨਸ਼ੇ 'ਚ ਹੈਗਾ, ਕਬੂਤਰ ਠੀਕ ਹੋ ਜਾਏਗਾ, ਛੱਡ ਕੇ ਚਲਾ ਗਿਆ। ਅਗਲੇ ਦਿਨ ਉਹਨੇ ਮੈਨੂੰ ਭੁੱਲ ਗਿਆ, ਉਹਨੇ ਕਿਹਾ ਉਸਤਾਦ ਨੂੰ ਫੋਨ ਨਾ ਹੀ ਕਰਾਂ ਕਿ ਮੇਰਾ ਮਰ ਗਿਆ ਹੋਏਗਾ, ਜਿਹੜੀ ਉਹਦੀ ਹਾਲਤ ਸੀ। ਕਬੂਤਰ ਅਗਲੇ ਦਿਨ ਇੰਜ ਪੈਰਾਂ 'ਤੇ ਖਲੋਤਾ, ਓਹੋ, ਮੈਂ ਉਹਨੂੰ ਫੋਨ ਮਾਰਿਆ, ਉਹ ਆਇਆ ਨਹੀਂ ਕਬੂਤਰ ਲੈਣ, ਕਹਿੰਦਾ ਉਸਤਾਦ ਜੀ ਬਚ ਗਿਆ। ਹੈਰਾਨ ਹੋ ਕੇ ਕਹਿੰਦਾ, ਮੈਂ ਕਿਹਾ ਯਾਰ ਅਸੀਂ ਸਾਰੀ ਰਾਤ ਜਾਗਦੇ ਰਹੇ, ਉਹਦੇ ਸਿਰ 'ਤੇ ਤੂੰ ਕਹਿੰਦਾ ਬਚ ਗਿਆ, ਲੈ ਜਾ ਕੇ ਛੱਡਿਆ ਉੱਠਾਪਾਂ, ਠਾ ਠਾ ਕਰੇ ਪਿਆ ਯਾਰ। ਇਹ ਵੀ ਬੜਾ ਵੱਡਾ ਨੁਸਖਾ ਦੱਸਦਾ। ਅੱਛਾ ਉਸਤਾਦ ਜੀ, ਐਟਮੋਸਫੇਅਰ ਖੁੱਡੇ ਦਾ ਕੀ ਹੋਣਾ ਚਾਹੀਦਾ? ਕਈ ਲੋਕ ਬੜਾ ਢੱਕ ਢੁੱਕ ਕੇ ਰੱਖਦੇ ਨੇ ਕਿ ਮਤਲਬ ਕਿ ਜਗ੍ਹਾ ਯਾਰ ਗੱਲ ਰਵੇ, ਗਰਮ ਰਵੇ, ਬੜਾ ਚੰਗਾ ਸਵਾਲ, ਉੱਡ ਕੇ ਇੰਜ ਸਮਾਨ ਵੜੀਏਗਾ, ਇਹਨੂੰ ਬਾਰਿਸ਼ ਹੀ ਫੀਲ ਕਰੇਗਾ, ਬੜਾ ਚੰਗਾ ਸਵਾਲ ਹੈ। ਇਹ ਕੁਛ ਕਹਿੰਦੇ ਨੇ ਨਹੀਂ, ਨੋਰਮਲ ਵੈਂਟੀਲੇਸ਼ਨ ਵਗੈਰਾ ਹੋਣੀ ਚਾਹੀਦੀ ਹੈ। ਜਿੰਨੇ ਖੁੱਡੇ ਖੁੱਲੇ ਹੁੰਦੇ ਨੇ ਨਾ, ਕਬੂਤਰ ਰਾਤ ਨੂੰ ਹਵਾ ਲੱਗਦੀ ਰਹਿੰਦੀ, ਠੰਡੀ ਹਵਾ ਪੈ ਗਈ, ਹਵਾ ਦਾ ਬੁੱਲਾ ਆ ਗਿਆ, ਹਮੇਸ਼ਾ ਤੁਸੀਂ ਵੇਖੋਗੇ ਕਬੂਤਰ ਜਿਹੜੇ ਨੇ ਜਿਹਨਾਂ ਦੇ ਖੁੱਡੇ ਖੁੱਲੇ ਨੇ ਨਾ, ਉਹ ਜਲਦੀ ਸਮਾਨ ਬੰਦ ਨਹੀਂ ਹੋਣਗੇ, ਬੰਦ ਵੀ ਨਹੀਂ ਹੋਣਗੇ, ਗਰਾਈ ਵੀ ਨਹੀਂ ਕਰਨਗੇ, ਅਤੇ ਜਲਦੀ ਬਹਿਣਗੇ। ਉਹ ਮੈਂ ਐਸੇ ਐਸੇ ਵੀ ਉਸਤਾਦ ਵੇਖੇ ਨਾ, ਉਹਨਾਂ ਜੇ ਗਰਮੀ ਬਹੁਤੀ ਪੈ ਰਹੀ ਉਹਨਾਂ ਨੂੰ ਪਤਾ ਸੁਬਹਾ ਗਰਮੀ ਬੜੀ, ਉਹਨਾਂ ਨੇ ਤਿੰਨ ਤਿੰਨ ਬਲਬ ਬਾਲਤੇ ਨੇ। ਯਾਰ ਮੇਰੀ ਗੱਲ ਸੁਣਨਾ, ਮੈਂ ਤੈਨੂੰ ਜਿਹੜੀ ਗੱਲ ਕਰ, ਖੁੱਡੇ ਦੇ ਵਿੱਚ ਕਬੂਤਰ ਨੂੰ ਜਦੋਂ ਗਰਮੀ ਦੇ ਨਾ, ਕਬੂਤਰ ਨੂੰ ਕੁਛ ਨਹੀਂ ਹੁੰਦਾ, ਜਦੋਂ ਕਬੂਤਰ ਡਾਉਣਾ ਹੈ ਨਾ, ਖੁੱਡਾ ਬੰਦ ਪੈਕ ਹੋਵੇ ਉਹ ਚੰਗਾ, ਉਹਦੇ ਨਾਲ ਕਬੂਤਰ ਕੀ ਉੱਠ ਰਹੀ ਗਰਾਈ ਕਰ ਜਾਂਦਾ। ਹਾਂ, ਉਹੀ ਤਾਂ ਮੈਂ ਦੱਸ ਰਿਹਾ, ਐਤਕੀ ਮੇਰੇ ਨਾਲ ਸੀਨ ਹੋਇਆ, ਤੁਹਾਡਾ ਉਸਤਾਦ ਸਾਦਕ ਟੋਕੇ ਵਾਲਾ ਮਰੂਮ ਅੱਲਾ ਜਿਹਨਾਂ ਸੀ, ਇਹਦਾ ਕਬੂਤਰ ਚੈੱਕ ਕਰਨ ਦਾ ਕ੍ਰਾਈਟੇਰੀਆ ਪਤਾ ਕੀ ਸੀ? ਅੱਜ ਤੱਕ ਹਜੇ ਤਾਂ ਉਹਨਾਂ ਨੇ ਉਸਤਾਦ, ਫਿਰ ਸ਼ਗਿਰਦ ਨੇ ਵੀ ਨਹੀਂ ਦੱਸਿਆ ਹੋਣਾ, ਮੈਨੂੰ ਮੇਰੇ ਵਾਲਾ ਸਾਹਿਬ ਨੇ ਗੱਲ ਦੱਸੀ ਸੀ। ਅਸੀਂ ਗਰਮੀਆਂ ਜਾਂ ਅੰਗੂਰਾਂ ਦੇ ਉੱਤੇ ਗੁੱਥਲੀਆਂ ਚੜ੍ਹਾਉਂਦੇ ਹਾਂ ਕਿ ਭੂੰਡਣਾ ਉਹਨਾਂ ਨੂੰ ਕੱਟੇ ਦਿਖਾਵੇ ਅਤੇ ਚਿੜੀਆਂ ਨਾਲ ਉਹਨਾਂ ਨੂੰ ਪਹਿਣ। ਕਹਿੰਦੇ ਨੇ ਸਾਦਕ ਟੋਕੇ ਵਾਲਾ ਕਬੂਤਰ ਗੁੱਥਲੀ 'ਚ ਪਾ ਕੇ ਟੰਗ ਛੱਡਦਾ ਹੁੰਦਾ ਸੀ ਜੇਠ ਦੇ ਦਿਨਾਂ ਦੇ ਵਿੱਚ, ਅਤੇ ਸ਼ਾਮੀ ਕੱਢਦਾ ਹੁੰਦਾ ਸੀ ਗੁੱਥਲੀ 'ਚੋਂ, ਜਿਹੜਾ ਬਚ ਗਿਆ ਉਹ ਹੀ ਕਬੂਤਰ ਹੈ, ਜਿਹੜਾ ਮਰ ਗਿਆ ਉਹ ਸੁੱਟ ਦਿੰਦਾ ਹੁੰਦਾ ਸੀ। ਜਿਹੜਾ ਸਖ਼ਤ ਜਾਨ ਹੈ ਉਹ ਹੀ ਕਬੂਤਰ, ਮੇਰੀ ਡੰਡਾ ਵੀ ਅੱਗੇ ਚੱਲੇਗਾ, ਇੰਝ ਕਬੂਤਰਾਂ ਨੂੰ ਆਪਣਾ ਕਰਦੇ ਸੀ। ਕਬੂਤਰ ਸੁਣਿਆ ਸ਼ੇਖ ਸਾਦਕ ਟੋਕੇ ਵਾਲੇ ਸਾਹਿਬ ਨੂੰ ਵੇਖ ਕੇ ਡਰ ਜਦੇ ਹੀ ਹੈ, ਨਹੀਂ ਉਹਨਾਂ ਨਾਲ ਡੰਡਾ ਪਰੇਡ ਕਰਦੇ ਸੀ ਨਾ, ਮੇਨ ਚੀਜ਼ ਤਾਂ ਡੰਡਾ ਹੀ ਹੈ, ਡੰਡਾ ਬੜਾ ਉਹਨਾਂ ਦਾ ਸਖ਼ਤ ਸੀ ਯਾਰ, ਹੋਣਾ ਵੀ ਇੰਝ ਚਾਹੀਦਾ। ਹੁਣ ਮੈਂ ਬੈਰੀਨ ਡਾਉਂਦਾ ਰਿਹਾ, ਜਦੋਂ ਸ਼ੇਖ ਕਬੂਤਰ 200-150 ਕਬੂਤਰ ਨੂੰ ਪੱਲੇ ਦਾ ਪੱਲਾ ਮਰਵਾਉਣਾ ਰੋਜ਼, ਪੱਲੇ ਦੇ ਪੱਲੇ, ਅਤੇ ਬਚਦੇ ਐਣ 'ਤੇ ਕਿੰਨੇ ਹੁੰਦੇ ਹਨ? 20-25, ਪਰ ਉਹ ਬਚਦੇ ਉਹ ਸਨ ਫਿਰ ਜਿਹਨਾਂ ਉਹਨਾਂ ਨੂੰ ਜਿੱਥੇ ਕਹਿਣਾ, ਉਹਨਾਂ ਜਿਹੜੇ ਪੂਰੇ ਰਾਠ ਕਬੂਤਰ ਹੁੰਦੇ ਕਹਿਣਾ ਮੰਨਦੇ ਸਨ ਕਬੂਤਰ। ਅੱਛਾ, ਇੱਕ ਬੜਾ ਅਹਿਮ ਸਵਾਲ ਹੈ, ਅਕਸਰ ਲੋਕ ਕਹਿੰਦੇ ਨੇ ਕਿ ਕਬੂਤਰ ਨੂੰ ਲਾ ਲਓ ਆਪਣੀ ਦਵਾਈ 'ਤੇ, ਦਵਾਈ 'ਤੇ ਪਾਣੀ 'ਤੇ ਥੋੜ੍ਹਾ ਥੋੜ੍ਹਾ ਉਹਨੂੰ ਦੇ ਕੇ ਨਾ ਉਹਨੂੰ ਲਾ ਲਓ, ਐਡਜਸਟ ਹੋ ਜਾਏ ਜ਼ਰਾ ਆਪਣੇ ਆਪ ਨੂੰ। ਤੁਹਾਡੀ ਜਿਹੜੀ ਥਿਊਰੀ ਹੈ ਉਹਦੇ 'ਚ ਅਸੀਂ ਵੇਖਿਆ ਕਿ ਤੁਸੀਂ ਸਡਨ ਹੀ ਉਹਨੂੰ ਦਿੰਦੇ ਹੋ। ਯਾਰ ਗੱਲ ਇਹ ਵੇ, ਹੁਣ ਮੇਰੇ ਇੰਨੇ ਸ਼ਗਿਰਦ ਨੇ, ਠੀਕ ਹੈ, ਜੇ ਮੈਂ ਤਜਰਬੇ ਹੀ ਕਰਦਾ ਰਹਾਂਗਾ ਤਾਂ ਮੈਂ ਉਸਤਾਦ ਕਰਦਾ ਵਾਂ, ਜਿਹਨੂੰ ਆਪਣੇ ਨੁਸਖੇ 'ਤੇ ਹੀ ਨਹੀਂ ਤਬਾਰ 'ਤੇ। ਹਾਂ, ਇਹ ਤਾਂ ਉਹ ਕਰਦੇ ਨੇ, ਲਾਉਂਦੇ ਨੇ ਜਿਹਨਾਂ ਨੂੰ ਆਪਣੇ ਤਬਾਰ ਹੀ ਨਹੀਂ ਹੁੰਦਾ, ਆਪਣੇ ਕਬੂਤਰਾਂ 'ਤੇ ਜਾਂ ਆਪਣੇ ਨੁਸਖੇ ਦੇ ਉੱਤੇ ਤਬਾਰ ਨਹੀਂ ਹੁੰਦਾ। ਹੁਣ ਮੇਰੇ ਕੋਲ ਜਿਹੜੇ ਕੋਈ ਵੀ ਉਸਤਾਦ ਹੈ ਨਾ,
ਕੋਈ ਵੀ ਜਿੱਦਾਂ ਮਰਜ਼ੀ ਵੱਡਾ ਉਸਤਾਦ ਹੈ ਉਹਦੇ ਕੋਲ ਪੰਜ ਸੱਤ ਨੁਸਖੇ ਹੀ ਹੁੰਦੇ ਨੇ ਜਿਹੜੇ ਇੱਕ ਨੰਬਰ ਹੁੰਦੇ ਨੇ, ਬਾਕੀ ਦਰਮਿਆਨੇ ਗੋਲੀਆਂ ਛੋਲੀਆਂ ਇੱਧਰ ਉੱਧਰ ਕਰਦੇ। ਹੁਣ ਜਿਹੜੇ ਉਹ ਪੰਜ ਦਸ ਨੁਸਖੇ ਹੁੰਦੇ ਨੇ ਨਾ, ਉਹ ਪੂਰੇ ਕੰਫੀਡੈਂਸ ਵਾਲੇ ਹੁੰਦੇ ਨੇ। ਅਗਰ ਉਹ ਸੱਚੀ ਨੀਅਤ ਨਾ ਦੱਸੇ ਤਾਂ ਉਹ ਅੱਖਾਂ ਮੀਟ ਕੇ ਡਾਇਰੈਕਟ ਲਾ ਦਿਓ, ਕੁਛ ਵੀ ਨਹੀਂ ਹੁੰਦਾ, ਕਬੂਤਰ ਉੱਡ ਕੇ ਹੀ ਬਹਿੰਦੇ ਨੇ। ਮੈਂ ਇੱਥੇ ਯਾਰ ਤੁਹਾਨੂੰ ਦੱਸਣ ਦਿਆਂ ਵਾ, 90-95% ਮੈਂ ਜਿਹਦੇ ਕਬੂਤਰ ਉਡਾਏ ਨੇ ਉਹਦੇ ਉੱਡੇ ਨੇ ਕਬੂਤਰ, ਜੇ ਸ਼ਗਿਰਦ ਦੇ ਵੀ ਉਡਾਏ ਨੇ। ਅੱਛਾ, ਮੈਕਸੀਮਮ ਰਿਜ਼ਲਟ ਆਇਆ। ਹਾਂ, ਬੜੇ ਬੜੇ ਚੰਗੇ ਕਬੂਤਰ ਉੱਡੇ। ਇੰਡੀਆ ਦੇ ਵਿੱਚ ਸਾਡਾ ਮੁਕਾਬਲਾ ਫਸ ਗਿਆ ਜੇਡ ਦਾ, ਫਿਕਸ ਕਬੂਤਰ। ਇਸ ਸਾਲ ਨਹੀਂ, ਪਿੱਛੇ ਜੇ ਅੱਲਾ ਜਿੰਨਾ ਨਸੀਬ ਕਰੇ, ਉਸਤਾਦ ਸਨ ਬਲੋਚ ਸਨ ਦੁਬਈ ਦੇ, ਅਰਬੀ ਸੀ, ਉਹਨਾਂ ਦੇ ਸ਼ਗਿਰਦਾਂ ਦੇ ਨਾਲ ਉਹ ਬੜਾ ਮੁਕਾਬਲਾ ਹੋਇਆ, ਉਹ ਅਸੀਂ ਜਿੱਤਿਆ, ਸਾਰੇ ਜਾਂ ਕੋਈ ਜਿੱਤਿਆ। ਉਸ ਟਾਈਮ ਸਾਡੀ ਕਬੂਤਰੀ 757 'ਤੇ ਵੀ ਬੈਠੀ ਇੰਡੀਆ ਦੇ ਵਿੱਚ, ਅਤੇ ਐਰਕੀ ਵੀ ਆਪਣਾ ਮਲਕੀਤ ਮੇਰਾ ਸ਼ਗਿਰਦ ਉਹ ਕਿੰਨੀ ਦਫ਼ਾ ਚੈਂਪੀਅਨ ਹੋਇਆ ਅੰਮ੍ਰਿਤਸਰ 'ਚ ਹੁੰਦਾ, ਫਿਰ ਮੇਰੇ ਭਾਈ ਦਾ ਸ਼ਗਿਰਦ ਉਹ ਉੱਥੇ ਬੜੀ ਦਫ਼ਾ ਜਿੱਤਿਆ। ਹਾਂ, ਮਨਪ੍ਰੀਤ। ਤੁਹਾਡੇ ਵਾਲਦ ਸਾਹਿਬ ਦੇ ਤਾਲੁਕਾਤ ਕਿਹੜੇ ਲੋਕਾਂ ਨਾਲ ਸੀ? ਉਹਨਾਂ ਦੇ ਵੱਡੇ ਹੀ ਤਾਲੁਕਾਤ ਸੀ ਇੱਥੇ ਲਾਹੌਰ 'ਚ। ਲਾਹੌਰ ਦੇ ਵਿੱਚ ਉਹਨਾਂ ਦੇ ਆਪਣਾ ਬਹੁ ਸ਼ਮਸ ਨਾ ਸੀ, ਹੁਣ ਬਹੁ ਸ਼ਮਸ ਕੁਮਾ ਕਸਾਈ। ਵਾਹ, ਠੀਕ ਹੈ। ਉਸ ਤੋਂ ਬਾਅਦ ਉਸਤਾਦ ਫੀਓ, ਫਿਰ ਇੱਕ ਉਸਤਾਦ ਹੁੰਦਾ ਸੀ ਫੈਸਲਾਬਾਦ ਦਾ ਉਸਤਾਦ ਬਹੁ ਬੀਡਾ, ਅਬੂ ਕਹਿੰਦੇ ਮੈਂ ਉਸ ਤੋਂ ਚੰਗਾ ਉਸਤਾਦ ਨਹੀਂ ਵੇਖਿਆ। ਅੱਛਾ, ਕਬੂਤਰ ਉਡਾਉਣ ਦੇ ਵਿੱਚ ਕਹਿੰਦੇ ਉਹ 2:30 ਬਾਹਰ ਨਿਕਲਦਾ ਹੁੰਦਾ ਸੀ, ਉਸ ਤੋਂ ਪਹਿਲਾਂ ਬਾਹਰ ਹੀ ਨਹੀਂ ਨਿਕਲਦਾ, ਉਹਨੂੰ ਪਤਾ ਸੀ ਮੇਰੇ ਕਬੂਤਰ ਬਾਜ, ਜਾਂ ਉਸਤਾਦ ਕਮਰ ਜ਼ਮਾਨ ਖਾਨ, ਅਤੇ ਉਸ ਤੋਂ ਪਹਿਲਾਂ ਜਿਹੜਾ ਸੀ ਉਹ ਉਸਤਾਦ ਬਹੁ ਬੀਡਾ, ਉਹਦੇ ਢੋਡੂ ਕਬੂਤਰ ਸਨ, ਬੜੇ ਮਸ਼ਹੂਰ ਹੋਏ ਕਬੂਤਰ। ਫਿਰ ਇੱਕ ਉਸਤਾਦ ਹੁੰਦਾ ਸੀ ਬਈਆ, ਉਹ ਕਰਾਚੀ ਚਲਾ ਗਿਆ ਸੀ ਬਾਅਦ 'ਚੋਂ, ਬਹੁ ਹਸਨ ਕੋਲੋਂ ਜਿਹੜੇ ਨਾਸੀ ਵਾਲੇ ਕਬੂਤਰ ਸਨ, ਇਹ ਪੱਠੀਆਂ ਹੀ ਕੱਢਦੇ ਹਨ ਜ਼ਿਆਦਾ, ਪੱਠਾ ਕਦੇ ਨਹੀਂ ਕੱਢਦੇ, ਪਤਾ ਨਹੀਂ ਕਿੰਨੇ ਸਾਲਾਂ ਬਾਅਦ ਇੱਕ ਘੁੱਗਾ ਪੱਠਾ ਕੱਢਿਆ, ਉਹ ਬਹੁ ਮੈਨੂੰ ਅਬੂ ਦੱਸਦੇ ਨੇ ਬਈਆ ਲੈ ਗਿਆ ਸੀ ਕਰਾਚੀ। ਅੱਛਾ, ਅਤੇ ਬਹੁ ਸਾਹਿਬ ਬਾਅਦ 'ਚੋਂ ਕਰਾਚੀ ਪਹੁੰਚ ਗਿਆ ਸਾਨੂੰ ਕਬੂਤਰ ਪਿੱਛੇ, ਕੋਈ ਯਾਰ ਦੇ ਦੇ ਮੇਰੇ ਕੋਲ ਇੱਕ ਹੀ ਪੱਠਾ ਨਿਕਲਿਆ। ਜਦੋਂ ਬਹੁ ਹਸਨ ਨੇ ਆਪਣੇ ਬੇਟੇ ਦਾ ਵਿਆਹ ਕੀਤਾ ਸੀ, ਕਬੂਤਰਾਂ ਦੀਆਂ ਦੇਗਾਂ ਪਕਾਈਆਂ। ਅੱਛਾ ਜੀ, ਕਬੂਤਰਾਂ ਦੀਆਂ ਦੇਗਾਂ ਪਕਾਈਆਂ ਸੀ, ਬੰਦੇ ਕੋਲ ਬੁਲਾਏ ਸਾਰੇ ਕਬੂਤਰ ਬਾਏ ਸਨ, ਇੰਨਾ ਵਾਧੂ ਇੰਨਾ ਕਬੂਤਰ ਹੁੰਦਾ ਸੀ ਉਹਨਾਂ ਕੋਲ। ਅੱਛਾ ਯਾਰ, ਮੈਂ ਉਹਨਾਂ ਦੇ ਕਬੂਤਰ ਉਹਨਾਂ ਕੋਲ ਘਰ ਨਹੀਂ, ਲੇਕਿਨ ਕਿਸੇ ਦੇ ਘਰ ਸ਼ੋਕ ਕੀਤਾ। ਉਹਨਾਂ ਦਾ ਕਲੇਮ ਹੈ ਕਿ ਸਾਡੇ ਕੋਲ ਬਹੁ ਰਨ ਗਏ ਸੀ ਕਬੂਤਰ, ਜਿਹੜੇ ਘਰ ਅਸੀਂ ਸ਼ੋਕ ਕੀਤਾ ਨਾ, ਡਾਕਟਰ ਫਾਰੂਕ ਖਾਨ ਸਾਹਿਬ ਹੈਗੇ ਨੇ, ਉਹਨਾਂ ਦਾ ਕਲੇਮ ਹੈ ਕਿ ਸਾਡੇ ਕੋਲੋਂ ਗਏ ਸੀ। ਉਹਨਾਂ ਕੋਲ ਜਿੰਨਾ ਕੁ ਕਬੂਤਰ ਸੀ ਕੀ ਪਤਾ ਉਹਨਾਂ ਨੇ ਕਿੰਨੇ ਕਿੱਥੋਂ ਕਿੱਥੋਂ ਇਕੱਠਾ ਕੀਤਾ, ਅਤੇ ਉੱਥੇ ਦੀ ਸ਼ੋਕ ਕੀਤਾ ਇਹਨਾਂ ਦੇ 80 ਵਾਲੇ ਕਬੂਤਰਾਂ ਦਾ। 80 ਵਾਲੇ ਕਬੂਤਰਾਂ 'ਚ ਅਕਲ ਬੜੀ ਹੈ ਯਾਰ, ਇਹ ਬੜੇ ਨਿੱਗਰ ਨਿੱਗਰ ਜਿਸਮਾਂ ਦੇ ਕਬੂਤਰ, ਵੱਡੇ ਸਾਈਜ਼ ਦੇ, ਜਾਮ ਨੂੰ ਪੰਜੇ ਦੇ, ਲਾਲ ਬੰਦਾਂ ਵਾਲੇ ਕਬੂਤਰ। ਹਾਂ, ਲਾਲ, ਇਹਨਾਂ ਦੇ ਵਿੱਚ ਕਾਲੇ ਪੱਲੇ ਵੀ ਨਿਕਲਦੇ ਨੇ। ਹਾਂ ਬਈ, ਕਾਲੇ ਸਲਾਈਆਂ ਹੁੰਦੀਆਂ, ਮਿਸੀਆਂ ਮਿਸੀਆਂ ਦੁਮਾਂ। ਹਾਂ, ਬੜੇ ਨਿੱਗਰ ਮੋਤੀਆਂ ਵਾਲੇ ਟੈਪ ਵੀ ਨਿਕਲਦੀਆਂ ਨੇ, ਮਾਦੀਆਂ ਦੇ ਮਸਲ ਨਾਲ ਭਰੇ ਹੋਏ ਕਬੂਤਰ ਨੇ, ਹਲਕੀ ਜੀ ਗੁਲਾਬੀ ਜੀ ਡੋਰਾ ਦਿੰਦੇ ਨੇ, ਮੋਟਾ ਸਿਰ ਹੁੰਦਾ। ਹਾਂ, ਇਹਨਾਂ ਦੇ ਵਿੱਚ ਕਾਲਾ ਡੋਰਾ ਵੀ ਆਉਂਦਾ ਨੂਰ ਦੇ ਪੀਰ ਦਾ ਜੀ। ਕਬੂਤਰਾਂ ਨੂੰ ਕਿੰਨਿਆਂ ਨੂੰ ਮੰਨਿਆ ਪਿੱਪਲਾਂ ਤੋਂ ਇਲਾਵਾ? ਯਾਰ ਹੈ ਕਬੂਤਰ ਪਿੱਪਲਾਂ ਤੋਂ, ਕਿਉਂਕਿ ਤੁਸੀਂ ਯਾਰ, ਮੈਂ ਆਪਣੇ ਸ਼ਗਿਰਦਾਂ ਨੂੰ ਇਹ ਗੱਲ ਕਹਿੰਦਾ, ਬਾਕੀਆਂ ਸਾਰਿਆਂ ਨੂੰ ਕਹਿੰਦਾ, ਕਬੂਤਰ ਹਰ ਨਸਲ ਦੇ ਵਿੱਚ ਚੰਗੇ ਹੁੰਦੇ ਨੇ ਅਤੇ ਮਾੜੇ ਵੀ ਹੁੰਦੇ ਨੇ, ਸਾਰੇ ਪਿੱਪਲਾਂ ਵਾਲੇ ਵੀ ਨਹੀਂ ਚੰਗੇ ਅਤੇ ਸਾਰੇ ਡੈਡੀ ਵੀ ਨਹੀਂ ਚੰਗੇ। ਮੇਨ ਚੀਜ਼ ਹੈ ਤੁਹਾਡੇ ਕੋਲ ਕਿਹੜਾ ਬਲੱਡ ਤੁਹਾਡੇ ਹੱਥੇ ਚੜ ਗਿਆ, ਪਰਫੋਰਮੈਂਸ। ਹੁਣ ਸਾਡੇ ਕੋਲ ਉੱਡੇ ਨੇ ਆਪਣਾ 11 ਕਬੂਤਰ, 9 ਪਿੱਪਲਾਂ ਵਾਲੇ ਅਤੇ ਟੈਡੀ ਉਡਾ ਲਿਆ, ਸਾਡੇ ਕੋਲ ਟੈਡੀ 2 ਜੋੜੇ ਨੇ ਅਤੇ ਟੈਡੀ ਵੀ 1-2 ਉੱਡਦੇ ਰਹੇ ਨੇ। ਹੁਣ ਅਸੀਂ ਕੀ ਕਹੀਏ ਕਿ ਟੈਡੀ ਨਹੀਂ ਚੰਗੇ? ਟੈਡੀ ਵੀ ਚੰਗੇ ਨੇ, ਗੋਲਡਨ ਵੀ ਬੜੇ ਚੰਗੇ ਨੇ, ਗਲਫ 'ਚ ਜ਼ਿਆਦਾ ਉੱਡਦੇ ਟੈਡੀ, ਗੋਲਡਨ ਟੈਡੀ
ਉਧਰ ਜ਼ਿਆਦਾ ਇਹਨਾਂ ਦੇ ਰੁਝਾਨ, ਟੈਡੀਆਂ ਦਾ ਤੇ ਬਹੁਤ ਹੀ ਰੁਝਾਨ, ਗੋਲਡਨ ਟੈਡੀਆਂ ਉੱਥੇ ਬਹੁਤ ਜ਼ਿਆਦਾ ਨੇ। ਮੇਰਾ ਆਪਣਾ ਹੁਣ ਇੱਕ ਸ਼ਗਿਰਦ ਹੋਇਆ ਦੀਨੇ ਚ ਜ਼ੇਬੀ, ਉਹਦਾ ਵਲੀਦ ਉਹਦਾ ਜਿਹੜਾ ਨਾ ਮਾਮਾ ਅਤੇ ਯੂਕੇ ਹੁੰਦਾ ਹੈ। ਹੁਣ ਮੈਂ ਪਿੱਛੇ ਉਹਦੇ ਕਬੂਤਰ ਵੇਖਿਆ, ਮੈਂ ਕਹਿੰਦਾ ਇਹੋ ਜਿਹਾ ਟੈਡੀ ਕਬੂਤਰ ਮੈਂ ਦੇਖੇ। ਉਸਨੇ ਉੱਥੋਂ ਅਹਿਮਦ ਗੰਬਰ ਤੋਂ ਕਬੂਤਰ ਖਰੀਦੇ 88 ਨੰਬਰ 'ਚ ਹੈ, ਬੜਾ ਬੜਾ ਮਹਿੰਗਾ ਕਬੂਤਰ, ਉਹ ਐਡਾ ਕੁਆਲਿਟੀ ਦਾ ਕਬੂਤਰ ਕਿ ਮੈਂ ਕਹਿੰਦਾ ਉਹ ਇਹੋ ਜਿਹੇ ਅੱਜ ਕੱਲ੍ਹ ਨਜ਼ਰ ਹੀ ਨਹੀਂ ਆਉਂਦੇ। ਮੀਆਂ ਨਜ਼ੀਰ ਵਾਲੇ ਕੋਲ ਐਸੇ ਐਸੇ ਕਬੂਤਰ ਪਏ ਨੇ ਕਿ ਜਿਹੜੇ ਹੁਣ ਵੇਖਣ ਨੂੰ ਵੀ ਨਹੀਂ ਲੱਭਦੇ। ਜੋੜਿਆਂ ਦੀ ਕਬੂਤਰਬਾਜ਼ੀ ਕਰਦੇ ਹੋ? ਮੈਂ ਆਲਰਾਊਂਡਰ ਹਰ ਕੁਛ ਕਰਨਾ, ਮੈਂ ਬਿਮਾਰੀਆਂ ਦਾ ਵੀ ਸਿੱਖਿਆ ਵਾਂ। ਅੱਛਾ, ਕਬੂਤਰ ਨੂੰ ਕਿਹੜੀ ਬਿਮਾਰੀ ਹੈ ਅਤੇ ਕੀ ਟ੍ਰੀਟਮੈਂਟ ਹੈ। ਕਬੂਤਰ ਜੋੜੇ ਲਾਉਣੇ ਵੀ ਸੀ ਅਤੇ ਉਡਾਉਣੇ ਵੀ। ਇੱਕ ਮੈਂ ਇਹ ਨਹੀਂ ਕੀਤਾ ਕਿ ਬਈ ਇਹ ਮੇਰਾ ਸ਼ੋਭਾ ਖਾਲੀ ਉਡਾਉਣ ਦਾ, ਨਾ ਸਵਾਦ ਨਹੀਂ ਆਇਆ। ਹਰ ਪਾਸੇ ਮੈਂ ਇੰਟਰਸਟ ਦੀ ਗੱਲ ਹੈ ਨਾ, ਮੈਂ ਮੇਰੀ ਕਬੂਤਰਬਾਜ਼ੀ ਦਾ ਜਨੂਨ ਇਹ ਸੀ ਜਦੋਂ ਮੈਂ ਕਰਦਾ ਕਬੂਤਰ ਦੇ ਦੁਪਹਿਰ ਜੇਠ ਦੀ ਸ਼ਕਲ ਦੁਪਹਿਰ 2 ਵਜੇ ਨੇ ਨਾ, ਅਤੇ ਮੈਂ ਜੋੜਿਆਂ ਵਾਲੇ ਖੁੱਡੇ 'ਚ ਵੜਿਆ ਆਵਾਂ ਅਤੇ ਮੈਂ ਕਰਾਂ 'ਚੋਂ ਜਿਹੜੇ ਨਰ ਕੱਢ ਕਰਕੇ ਬਾਹਰ ਛੱਡਦਾ ਹੁੰਦਾ ਹਾਂ, ਠਾਪਾ ਠੁੱਪਾ ਮਾਰ ਲੈਣ, ਜ਼ਰਾ ਮਸਤੀ ਕਰ ਲੈਣ, ਅਤੇ ਮੈਨੂੰ ਕਈ ਦਫ਼ਾ ਛਿੜਕਾ ਪੈਣੇ ਤੂੰ ਇੰਨੀ ਗਰਮੀ ਦੇ ਵਿੱਚ ਕੀ ਕਰ। ਜੋੜਿਆਂ ਦੀ ਕਬੂਤਰਬਾਜ਼ੀ ਜੋੜਾ ਲਾਉਣ ਦੇ ਵਿੱਚ ਕੀ ਫਨ ਹੈ, ਕੀ ਮਾਦੀ, ਕੀ ਨਰ? ਬੜੇ ਸਵਾਲ ਅਸੀਂ ਪੁੱਛ ਲਿੱਤੇ ਨੇ, ਬੜਾ ਹੱਡੀ ਜੋੜ ਲੋਕਾਂ ਨੇ ਦੱਸਿਆ, ਪਰ ਕੁੰਦਾ, ਸਿਰ, ਅੱਖ, ਕੋਈ ਐਸੀ ਗੱਲ ਦੱਸੋ ਜਿਹੜੀ ਅੱਜ ਤੋਂ ਪਹਿਲੇ ਕਿਸੇ ਨੇ ਨਾ ਦੱਸੀ ਹੋਵੇ। ਕਬੂਤਰ ਸਭ ਤੋਂ ਪਹਿਲਾਂ ਚੰਗਾ, ਮੈਂ ਤੁਹਾਨੂੰ ਇੱਕ ਮੇਰੇ ਨਾ 5-7 ਦਫ਼ਾ ਐਸੇ ਵਾਕੀ ਹੋਏ ਨੇ ਕਿ ਬੰਦੇ ਮੈਨੂੰ ਲੈ ਕੇ ਗਏ ਨੇ ਕਬੂਤਰ ਵਿਖਾਉਣ ਵਾਸਤੇ, ਠੀਕ ਹੈ, ਅਤੇ ਜਦੋਂ ਮੈਂ ਚੰਗਾ ਕਬੂਤਰ ਨੂੰ ਹੱਥ ਪਾਇਆ ਨਾ ਤੇ ਹਿੱਲ ਗਏ ਨੇ। ਮਸਲਨ ਬੈਠੇ ਕਬੂਤਰ ਦਾ ਵੀ ਪਤਾ ਲੱਗ ਜਾਂਦਾ ਹੈ ਕਿ ਇਹ ਕਿੱਡਾ ਕੁ ਚੰਗਾ ਕਬੂਤਰ ਹੈਗਾ, ਠੀਕ ਹੈ। ਮੇਰੇ ਭਾਈ ਇਹਦੇ ਦੋਸਤ ਇੱਥੇ ਨੰਬਰਦਾਰ ਲਾਹੌਰ ਦੇ ਵਿੱਚ ਹੀ ਪਰਾਂ ਕਿਤੇ ਇੱਧਰ ਬਾਰਡਰ ਵਾਲੇ ਪਾਸੇ ਰਹਿੰਦਾ ਸੀ, ਉਹਨੇ ਪਤਾ ਲੱਗਾ ਬਾਹਰੋਂ ਆਇਆ ਹੈ ਅਤੇ ਰੋਜ਼ ਆਓ ਜੀ ਆਓ ਕਬੂਤਰ ਵੇਖੋ। ਮੈਂ ਕਿਹਾ ਯਾਰ ਕੀ ਵੇਖਦੇ ਨੇ, ਦਿਲ ਭਰਿਆ। ਕਹਿੰਦੇ ਨਹੀਂ ਆਓ ਕਬੂਤਰ ਸ਼ੌਕ ਕਰੋ। ਮੈਂ ਕਿਹਾ ਕਾਸ਼ੀ ਮੈਂ ਤੇਰੇ ਯਾਰ ਨੂੰ ਚੈੱਕ ਕਰਾਂ। ਕਹਿੰਦਾ ਕਰ ਲੈ। ਮੈਂ ਕਿਹਾ ਮੈਂ ਇੱਕ ਕਬੂਤਰ ਫੜਾ। ਕਹਿੰਦੇ ਦੇਣਾ ਕੋਈ ਨਹੀਂ। ਕਹਿੰਦਾ ਠੀਕ ਹੈ, ਉੱਡਣ ਵਾਲੇ ਕਬੂਤਰ। ਇਹਨੇ ਆਪਣੇ ਯਾਰ ਨੂੰ ਦੱਸਤਾ, ਮੇਰਾ ਭਾਈ ਆ, ਕਹਿੰਦਾ ਮੈਂ ਇੱਕ ਕਬੂਤਰ ਕੱਢਾਂਗਾ ਤਾਂ ਤੂੰ ਨਹੀਂ ਦੇਗਾ। ਉਹ ਕਹਿੰਦਾ ਯਾਰ ਇਹ ਕਿਹੜੀ ਗੱਲ, ਗਏ ਉਹਦੇ ਡੇਰੇ 'ਚ ਅੱਗੇ ਮੋਰ ਬਾਂਦਰ ਆ, ਬੜਾ VIP ਡੇਰਾ, ਮੈਨੂੰ ਕਹੇ ਜਾਓ ਉੱਥੋਂ ਉਸਤਾਦ ਜੀ ਆਪਣੀ ਮਰਜ਼ੀ ਦਾ ਕਬੂਤਰ ਕਰੋ। ਮੈਂ ਮਜ਼ਾਕ ਲੱਗਾ, ਮੈਂ ਕਬੂਤਰ ਕੀ ਕਰਨੇ ਨੇ, ਮੈਂ ਤਾਂ ਬਾਹਰ ਹਾਂ। ਨਹੀਂ 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 ਹੁਣ ਤੁਸੀਂ ਲੈ ਕੇ ਜਾਣਾ। ਖੜੇ ਪੈ ਗਿਆ, ਜਾ ਕੇ ਮੈਂ ਕਬੂਤਰ ਕੱਢਿਆ। ਕਬੂਤਰ ਕੱਢ ਕੇ ਆਇਆ ਜੀ, ਅਤੇ ਮੇਰਾ ਖਿਆਲ ਮੈਂ 10 ਫੁੱਟ ਦੂਰ ਹੋਵਾਂਗਾ, ਮੈਂ ਜੇ ਕੀਤਾ ਅਤੇ ਉੱਥੇ ਹੀ ਆਪਣੇ ਮਾਊਸ ਨੂੰ, ਯਾਰ ਹੈ ਉਹ ਕਬੂਤਰ ਤਾਂ ਨਹੀਂ ਜਿਹੜਾ ਸਾਡਾ 5 ਸਾਲ ਤੋਂ ਉੱਡਦਾ ਪਿਆ। ਉਸਤਾਦ ਜੀ ਮਾਨੀ ਗੱਲ, ਕੁਰਾਨੀ ਗੱਲ, ਇਹ ਉਹ ਹੀ ਕਬੂਤਰ ਜੇ ਜਿਹੜਾ ਸਾਡਾ ਹੀ ਨਹੀਂ ਨਾਂ ਕੱਢਿਆ ਅੱਜ ਇਲਾਕੇ ਵਿੱਚ, ਹੋਰ ਜਿਹੜਾ ਮਰਜ਼ੀ ਫੜ ਲਵੋ, ਇਹ ਰਹਿਣ ਦਿਓ। ਤੁਸੀਂ ਆਪਣੇ ਭਰਾ ਵੇਖ ਕੇ ਸਿੱਧੇ ਤਾਂ ਮੈਂ ਇਹਨੂੰ ਕਿਹਾ, ਮੈਂ ਕਿਹਾ ਸੁਣਾ ਤੈਨੂੰ ਮੈਂ ਕਿਹਾ ਨਹੀਂ, ਪਰ ਇੰਜ ਮੈਂ ਨਾ ਕਈ ਦਫ਼ਾ ਇੰਜ ਬਾਕੀ ਹੋਏ ਨੇ। ਕੀ ਚੀਜ਼ਾਂ ਨੇ ਐਸੀਆਂ, ਕੀ ਨਿਸ਼ਾਨੀਆਂ ਨੇ ਜਿਹੜੇ ਉੱਡੇ ਉੱਡਾ? ਇੱਕ ਬੰਦੇ ਨੇ ਇਨਾਮ ਰੱਖਿਆ 50,000, ਉਹਨੇ ਇੱਕ ਗਰੁੱਪ 'ਚ ਚੈਲੇਂਜ ਕੀਤਾ ਉਸਤਾਦ ਨੂੰ, ਅੱਜ ਤੋਂ ਬਾਅਦ ਪੁਰਾਣੀ ਗੱਲ ਹੈ, ਠੀਕ ਹੈ, 50,000। ਉਹਨੇ ਕਿਹਾ ਕੋਈ ਉਸਤਾਦ ਐਸੀ ਗੱਲ ਦੱਸ ਦੇਵੇ ਕਿ ਜਿਹੜੀ ਕਬੂਤਰ ਵਿੱਚ ਜਾ ਕੇ ਵੇਖੀਏ ਅਤੇ ਉਹ ਕਬੂਤਰ ਪੂਰਾ ਕੰਪਲੀਟ ਕਬੂਤਰ ਹੋਵੇ, ਕੋਈ ਇੱਕ ਪੁਆਇੰਟ ਐਸਾ ਦੱਸ ਦੇਵੇ, ਇੱਕ ਪੁਆਇੰਟ। ਅਤੇ ਕਿਸੇ ਉਸਤਾਦ ਨੇ ਨਹੀਂ ਸੀ ਦੱਸਿਆ। ਉਹ ਇੱਕ ਦਿਨ ਕੋਈ ਰੱਬੋਂ ਹੀ ਕੋਈ 1-2 ਸਾਲ ਬਾਅਦ ਉਹ ਸਵਾਲ ਮੈਂ ਵੀ ਉਸ ਗਰੁੱਪ 'ਚ ਗਿਆ, ਮੇਰੇ ਅੱਗੇ ਵੀ ਆਇਆ, ਮੈਂ ਕਿਹਾ ਮੈਂ ਦੱਸ ਦਿੰਦਾ ਵਾਂ, ਮੈਂ ਗਰੁੱਪ 'ਚ ਹੀ ਦੱਸਿਆ, ਮੈਂ ਇੱਥੇ ਵੀ ਦੱਸ ਦਿੰਦਾ।
ਤੇ ਮੈਨੂੰ ਉਹਨਾਂ ਨੇ ਆਪ ਆਪਣੇ ਮੂੰਹ ਹੱਥ ਗੁਰੂ ਵੀ ਕਿਹਾ ਕਿ ਉਸਤਾਦ ਜੀ ਅਗਰ ਮੈਂ ਹੁਣ 50,000 ਰੱਖੇ ਹੁੰਦੇ ਤਾਂ ਤੁਸੀਂ ਜਿੱਤ ਗਿਆ ਸੀ। ਮੈਂ ਆਪਣੇ ਉੱਡੇ ਜਿੰਨੇ ਚੈਂਪੀਅਨ ਕਬੂਤਰ ਹੈਗੇ ਉਹਨਾਂ 'ਚ ਕੁਆਲਿਟੀ, ਕਬੂਤਰ ਜਦੋਂ ਬੈਠਾ ਹੋਏਗਾ ਨਾ ਫਿਰਦਾ ਤੁਰਦਾ ਕਬੂਤਰ ਹੋਏਗਾ, ਕਬੂਤਰ ਦੇ ਪਿੱਛੇ ਇੰਜ ਕੈਂਚੀ ਵੱਜੀ ਹੋਏਗੀ ਕਿਸ ਚੀਜ਼ ਪਰਾਂ ਦੀ, ਪਰ ਦੀ ਕੈਂਚੀ ਜਿੰਨੀ ਜ਼ਿਆਦਾ ਹੋਏਗੀ ਓਨਾ ਹੀ ਉਹ ਕਬੂਤਰ ਲੰਮੀ ਪਰਵਾਸ ਦਾ ਘੋੜਾ ਹੋਏਗਾ। ਵਾਹ 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 ਵਾਹ। ਜਿਸ ਕਬੂਤਰ ਦੀ ਜਿੰਨੀ ਕੈਂਚੀ ਘੱਟਦੀ ਜਾਏਗੀ ਪਰ ਛੋਟਾ ਓਨੀ ਪਰਵਾਸ ਘਟਾਉਂਦਾ ਜਾਏਗਾ। ਲੇਕਿਨ ਇਹ ਕਬੂਤਰ ਉਹ ਹੀ ਹੁੰਦੇ ਨੇ ਜਿਹੜੇ ਤੁਸੀਂ ਆਪਣੇ ਬਾਜ਼ੀਆਂ ਲੈ ਜਾ ਕੇ ਵੇਲੇ ਗਿਣਤੀ ਦੇ ਕਬੂਤਰ ਹੁੰਦੇ ਨੇ। ਹਰ ਕਬੂਤਰ ਕੈਂਚੀ ਨਹੀਂ ਮਾਰ, ਦਾਣਾ ਖਾਂਦੇ ਆ ਹਰ ਕਬੂਤਰ, ਜੇ ਧੌਣ ਥੱਲੇ ਕਰੇਗਾ ਮਾਰੇਗਾ, ਖਲੋਤੇ ਕਬੂਤਰ ਦੀ ਫਿਰਦੇ ਤੁਰਦੇ ਕਬੂਤਰ ਦੀ ਕੈਂਚੀ ਬਹੁਤ ਜ਼ਰੂਰੀ। ਅੱਖਾਂ ਮੀੜ ਕੇ ਅਤੇ ਦੜਵੀ 'ਚ ਵੀ ਕਬੂਤਰ ਫੜ ਲਓ ਉੱਡੇਗਾ ਜ਼ਰੂਰ, ਜਿਸ ਕਬੂਤਰ ਦੀ ਆਹ ਕੈਂਚੀ। ਜੋੜੇ ਵੀ ਇਸ ਤਰ੍ਹਾਂ ਹੀ ਲਾਉਂਦੇ ਹੋ? ਨਾ, ਜੋੜੇ ਮੈਂ ਪਰ ਬਰੀਕ ਚੋੜਾ, ਅਗਰ ਬਰੀਡਰ ਬਣਾ ਉੱਡਣ ਵਾਲੇ ਬਣਾਉਣੇ ਨੇ ਤਾਂ ਪਤਲਾ ਬਰੀਕ ਇੱਕ ਰੱਖਣਾ, ਠੀਕ ਹੈ। ਤੀਲੀ, ਤੀਲੀ ਦਾ ਰੰਗ, ਜੇਠ ਵਾਲੇ ਕਬੂਤਰ ਦੀ ਤੀਲੀ ਕਦੀ ਚਿੱਟੀ ਨਹੀਂ ਹੋਏਗੀ। ਅੱਛਾ, ਸਲੇਟੀ ਹੋਏਗੀ, ਕਰੀਮ ਕਲਰ ਦੀ। ਅੱਛਾ, ਕਰੀਮ ਜਿਵੇਂ ਦੇਸੀ ਘਿਓ ਦਾ ਰੰਗ ਹੈ, ਠੀਕ ਹੈ। ਸਿੱਧੇ ਪੱਲੇ ਦੇ ਉਠਾਈ ਨਹੀਂ ਹੋਏਗੀ, ਪੱਲੇ ਦਾ ਡਾਊਨ ਪੱਲਾ ਹੋਏਗਾ, ਇਹ ਤੇ ਪੁਆਇੰਟ ਹੈ। ਕਿਉਂਕਿ ਉਹਨੇ ਜਦੋਂ ਫਲਿੱਪ ਕਰਨਾ ਉਹਦੇ ਪੱਲੇ ਚੁੱਕੇਗਾ, ਭਾਵੇਂ ਹੱਡੀ ਜਿੱਡੀ ਮਰਜ਼ੀ ਚੰਗੀ ਹੋਵੇ, ਅੱਖ ਚੰਗੀ ਹੋਵੇ, ਤਾਂ ਪਰ ਹੀ ਨਹੀਂ ਸਾਥ ਦੇ ਰਿਹਾ ਤਾਂ ਉਹਨੇ ਕਿੱਥੋਂ ਉੱਡਣਾ, ਜ਼ੋਰ ਉਹਦਾ ਜ਼ਿਆਦਾ ਲੱਗੇਗਾ। ਫਿਰ ਉਹਨਾਂ ਦੇ ਅੱਖਾਂ, ਅੱਖਾਂ ਇੱਕ ਕਬੂਤਰ ਨਰ ਜਾਂ ਮਾਦੀ ਦੇ ਇੱਕ ਦੇ ਵਿੱਚ ਚਿੱਟੀ ਅੱਖ, ਹੈਲਥ ਰਿੰਗ ਤੋਂ ਲੈ ਕੇ ਨੂਰ ਤੱਕ ਆਪਣਾ ਜ਼ਰਾਤ ਹੋਣੇ ਬਹੁਤ ਜ਼ਰੂਰੀ ਹੈ। ਭਰੀ ਅੱਖ ਹੋਣੀ ਚਾਹੀਦੀ, ਥੱਲੇ ਬੈਕਗਰਾਊਂਡ ਨਜ਼ਰ ਨਹੀਂ ਆਉਣਾ ਚਾਹੀਦਾ, ਜ਼ਮੀਨ ਨਜ਼ਰ ਨਹੀਂ ਆਉਣੀ ਚਾਹੀਦੀ, ਮਾਦੀ ਜਾਂ ਨਰ, ਭਾਵੇਂ ਮਾਦੀ ਹੋਵੇ ਭਾਵੇਂ ਨਰ, ਇੱਕ ਜ਼ਰੇ ਜ਼ਰੇ ਹੀ ਹੋਣੇ ਚਾਹੀਦੇ ਨੇ, ਜ਼ਰੇ ਹੋਣ ਭਰਵੇਂ ਹੋਣ। ਜਿਵੇਂ ਸਿਮਟ ਦੇ ਦਰਾੜਾਂ ਆਉਂਦੀਆਂ ਨੇ ਨਾ, ਜਿਵੇਂ ਫਿਰੋਜ਼ਪੁਰੀ ਕਬੂਤਰ ਨੇ, ਹਾਂ, ਦਰਾੜਾਂ ਹੋਣੀਆਂ ਚਾਹੀਦੀਆਂ। ਬਰੀਡਿੰਗ ਰਿੰਗ ਹੋਣਾ ਚਾਹੀਦਾ, ਪਹਿਲੇ ਰਿੰਗ ਦੇ ਵਿੱਚ ਜਿਹੜਾ ਪਹਿਲਾ ਰਿੰਗ ਨੂਰ ਦੇ ਨਾਲ ਹੁੰਦਾ ਉਹਦੇ ਵਿੱਚ 20 ਲਾਈਨਾਂ ਹੁੰਦੀਆਂ ਨੇ, ਉਹਨੂੰ ਕਹਿੰਦੇ ਨੇ ਡਿਸਟੈਂਸ ਲਾਈਨ। ਇੱਕ ਹੁੰਦੀਆਂ ਨੇ ਸਪੀਡ, ਇਹ ਗੋਰੇ ਹਮੇਸ਼ਾ ਰੇਸਰਾਂ ਕਬੂਤਰਾਂ 'ਚ ਇਹ ਹੀ ਵੇਖਦੇ ਨੇ, ਇਹੀ ਕੁਆਲਿਟੀ ਵੇਖਦੇ ਨੇ। ਜਿਹੜਾ ਉਹਨਾਂ ਦਾ ਸਾਰਿਆਂ ਤੋਂ ਚੰਗਾ ਰੇਸਰ ਕਬੂਤਰ ਹੋਏਗਾ ਨਾ, ਉਹਦੇ 'ਚ ਵੀ ਇਹੀ ਕੁਆਲਿਟੀਆਂ ਹੋਣ। ਲੇਕਿਨ ਉਹਨੇ ਸਿੱਧਾ ਜਾਣਾ, ਇਹਨਾਂ ਨੇ ਉੱਤੇ ਜਾਣਾ ਭਾਈ ਜਾਨ, ਜਾਣਾ ਸਿੱਧਾ ਜੀ, ਇਹਨਾਂ ਦੀ ਕੁਆਲਿਟੀ ਤਾਂ ਹੋਣੀ ਹੈ ਨਾ, ਟੋਪ ਲੈਵਲ 'ਤੇ ਚਾਹੀਦਾ ਕਿ ਨਹੀਂ। ਸਪੀਡ ਕੀ ਇਸ ਤਰ੍ਹਾਂ ਮੈਟਰ, ਸਪੀਡ ਜਿਹੜੀ ਹੁੰਦੀ ਹੈ ਨਾ ਉਹ ਹਮੇਸ਼ਾ, ਜਿਹੜਾ ਅਸੀਂ ਕਬੂਤਰ ਦਾ ਨੂਰ ਵੇਖਦੇ ਹਾਂ ਤਾਂ ਬੇਜ ਹੀ ਨਹੀਂ ਬਣੀ ਹੁੰਦੀ, ਜਿਵੇਂ ਇਹ ਹੁਣ ਘੜੀ ਹੈ, 7-10 ਘੜੀ ਟਾਈਮ ਤੱਕ ਅੱਜ ਲੈਣ ਬੇ ਬਣੀ ਹੁੰਦੀ, ਮੈਨੂੰ ਅਲੱਗ ਹੀ ਸਮਝ, ਠੀਕ ਹੈ। ਇਹ ਨਾਲ ਬੇ ਦਾ ਕੁਛ ਛੁਆਵਾਂ ਐਂ ਹਲਕੇ ਜਿਹੀ ਤੜਾਰਾਂ ਜਿਹੀਆਂ ਹੁੰਦੀਆਂ ਨੇ, ਇਹ ਹੁੰਦੀਆਂ ਸਪੀਡ ਲਾਈਨਸ। ਔਰ ਜਿਹੜੀਆਂ ਉਸੇ ਦਾਇਰੇ ਦੇ ਅੰਦਰ, ਰਿੰਗ ਦੇ ਅੰਦਰ ਜਿਹੜੀਆਂ ਲਾਈਨਾਂ ਬਰੀਕ ਬਰੀਕ ਕਰੋ, ਇਹ ਮੈਗਨੀਫਿਕ ਗਲਾਸ ਜਿਹੜਾ ਘੜੀਆਂ ਲਿਆ ਕੇ ਹੁੰਦਾ ਹੈ ਨਾ, ਇਹ ਲਾ ਕੇ ਵੇਖੋ ਤੁਹਾਨੂੰ ਸਾਰਾ ਕੁਝ ਨਜ਼ਰ ਆਏ, ਉਹ ਹੋਣਗੀਆਂ, ਉਹ ਹੁੰਦੀਆਂ ਡਿਸਟੈਂਸ ਲਾਈਨ। ਉਹਦੇ ਨਾਲ ਉਹ ਹੀ ਹੁੰਦੀ ਹੈ ਅਸਲ ਬਰਦਾਸ਼ਤ ਕਬੂਤਰ ਦੀ, ਕਬੂਤਰ ਨੇ ਉਹ ਹੀ ਮਜ਼ਬੂਤੀ ਹੈ। ਉਹਨੇ ਸਮਝੋ ਕਿ ਦੂਰ ਦਰਾਜ਼ ਤੋਂ ਵੀ ਆਉਣਾ ਹੈ, ਅਤੇ ਜੇ ਕਬੂਤਰ ਨੇ ਵੀ ਗਹਿਰਾਈ 'ਚ ਜਾਣਾ ਸਮਾਨਾਂ ਤੋਂ ਤਾਂ ਨਿਕਲ ਕੇ ਹੀ ਆਏਗਾ ਉਹ, ਅਗਰ ਦਰਾਰਾਂ ਉਹ ਜਿਹੜਾ ਨੂਰ ਦੇ ਗਿਰਦ ਜਿਹੜਾ। ਫਿਰ ਹੁਣ ਜਦੋਂ ਮੈਚਿੰਗ ਤੁਸੀਂ ਕਰਨੀ ਹੈ ਮਾਦੀ ਦੇ ਨਾਲ, ਅਤੇ ਮਾਦੀ ਤੁਸੀਂ ਪਲੇਨ ਲੈਣੀ ਹੈ, ਅਗਰ ਤੁਸੀਂ ਉਹ ਹੀ ਉਹਨੂੰ ਫੁੱਲ ਆਪਣਾ ਸੈਨਾ ਵਾਲੀ ਲੈ ਲਈ ਸਪੀਡ, ਉਹਦੇ ਨਾਲ ਤੁਹਾਡਾ ਕਬੂਤਰ ਬਰੀਡਿੰਗ ਵਾਲੇ ਪਾਸੇ ਚੱਲੇਗਾ, ਉੱਡਣ ਵਾਲੇ ਨਹੀਂ। ਪਲੇਨ ਰੱਖਣੀ ਜ਼ਰੂਰੀ ਹੈ, ਜਿਵੇਂ ਉੱਡਣ ਵਾਲੇ ਕਬੂਤਰਾਂ ਦਾ ਰਿੰਗ ਹੀ ਨਹੀਂ ਹੁੰਦਾ, ਸ਼ੋ ਹੁੰਦਾ, ਬਿਲਕੁਲ ਹਲਕਾ ਜਿਹਾ ਹੁੰਦਾ, ਬਿਲਕੁਲ ਮਾਮੂਲੀ ਜਿਹਾ ਸ਼ੋ ਹੁੰਦਾ। ਅਤੇ ਇੰਝ ਇੱਕ ਸਾਫ਼ ਅੱਖ ਰੱਖਣੀ ਬਹੁਤ ਜ਼ਰੂਰੀ ਹੈ, ਇੱਕ ਜ਼ਰਿਆਂ ਲਈ ਇੱਕ ਸਾਫ਼। ਯਾਰ ਮੈਂ ਉੱਥੋਂ ਕਈ ਦਫ਼ਾ ਦੜਵੀਆਂ 'ਚ ਵੀ ਕਬੂਤਰ ਐਡੇ ਚੰਗੇ ਕਰਕੇ ਮੁੰਡਿਆਂ ਜੋੜੇ ਬਣਾ ਕੇ ਦਿੱਤੇ, ਇੱਕ ਦੋ ਹੀ ਜੋੜੇ ਫੇਲ ਹੁੰਦੇ ਹੋਣ, ਅਤੇ 90% ਰਿਜ਼ਲਟ ਦਿੰਦੇ ਹੀ ਦਿੰਦੇ ਨੇ ਇਸ ਫਾਰਮੂਲੇ ਦੇ ਉੱਤੇ।
ਬੱਚੇ ਉੜਦੇ ਸਿਆਣੇ ਇੱਕ ਜ਼ਰਾ ਤਰਤੀਬ ਸਿੱਧੀ ਕਰ ਦੋ ਬਰੀਡਿੰਗ ਵਾਲਾ ਬਣਾਉਣਾ ਤੇ ਚੋੜਾ ਪਰ ਬਣਾਉਣਾ ਬਰੀਡਿੰਗ ਵਾਲਾ ਬਣਾਉਣਾ ਤੇ ਦੋਵੇਂ ਹੀ ਇੱਕ ਜਿਹੇ ਹੋਣੇ ਚਾਹੀਦੇ ਭਰੀ ਅੱਖ ਦੇ ਕਬੂਤਰ ਹੋਣੇ ਚਾਹੀਦੇ ਨੇ ਦੋਵਾਂ ਦੀ ਅੱਖ ਤੇ ਥੱਲੇ ਜ਼ਮੀਨ ਨਜ਼ਰ ਨਹੀਂ ਆਉਣੀ ਚਾਹੀਦੀ ਠੀਕ ਹੈ ਰਿੰਗ ਵੀ ਉਹਨਾਂ ਦੇ ਪੰਜੇ ਵਾਜ਼ਿਆ ਹੋਣੇ ਚਾਹੀਦੇ ਨੇ ਤੇ ਪਰ ਵੀ ਉਹਨਾਂ ਦੇ ਇੱਕੋ ਜਿਹੇ ਹੋਣੇ ਚਾਹੀਦੇ ਇਹ ਬਰੀਡਿੰਗ ਵਾਲਾ ਹਾਂ ਤੇ ਜੇ ਤੁਸੀਂ ਪੰਜੇ ਮੈਟਰ ਕਰਦੇ ਨੇ ਸਿਰ ਦੀ ਹੈੱਡ ਸ਼ੇਪ ਮੈਟਰ ਕਰ ਪੰਜਾ ਸਿਰਫ ਤੁਹਾਡੀ ਕਬੂਤਰ ਦੀ ਹੈਲਥ ਨੂੰ ਸ਼ੋ ਕਰਦਾ ਵੇ ਇਹਦੇ ਨਾਲ ਉਹਦਾ ਕੋਈ ਲੈਣ ਦੇਣ ਨਹੀਂ ਪੰਜੇ ਦਾ ਸਿਰਫ ਕਬੂਤਰ ਦੀ ਸਿਹਤ ਨੂੰ ਦੱਸਦਾ ਕਿ ਇਹਦਾ ਬਲੱਡ ਕੈਸਾ ਹੈ ਕਿੰਨਾ ਚੰਗਾ ਖੂਨ ਇਹਦੀ ਸਿਹਤ ਕਿਹੋ ਜਿਹੀ ਹੈ ਪੰਜਾ ਉਹਦਾ ਤਾਲੂ ਖੋਲ ਕੇ ਵੇਖ ਲਓ ਇੱਥੋਂ ਪਤਾ ਲੱਗ ਜਾਂਦਾ ਵੇ ਕਬੂਤਰ ਦਾ ਠੀਕ ਹੈ ਬਾਕੀ ਉਹਦੀ ਮੁਲਾਇਮੀਆਂ ਅਤੇ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਕਬੂਤਰ ਦੀਆਂ ਤੁਹਾਡੀ ਹੱਡੀ ਜੋੜ ਤੋਂ ਹਟ ਕੇ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਅਗਰ ਬਰੀਡਿੰਗ ਵਾਲੇ ਬਣਾਉਣੇ ਨੇ ਪਰ ਇੱਕੋ ਜਿਹਾ ਪਰ ਅੱਖ ਇੱਕੋ ਜਿਹੀ ਅੱਖ ਤੇ ਉਸ ਤੋਂ ਬਾਅਦ ਆਪਣਾ ਜੇ ਕਰਨੇ ਉਡਾਣ ਵਾਲੇ ਤੇ ਕ੍ਰਾਸ ਕਰ ਲਓ ਪਰ ਵੀ ਕ੍ਰਾਸ ਕਰਦੇ ਨੇ ਅੱਖਾਂ ਵੀ ਕ੍ਰਾਸ ਕਰਦੀਆਂ ਨੇ ਜਿੱਥੇ ਹਵਾਵਾਂ ਚੱਲਦੀਆਂ ਨੇ ਉੱਥੇ ਕਬੂਤਰ ਉਹ ਕਾਮਯਾਬ ਹੈ ਜਿਹੜੇ ਚੌੜੀ ਛਾਤੀ ਦੇ ਅਤੇ ਆਪਣਾ ਤੇਜ਼ ਕੁੰਦੇ ਦੇ ਕਬੂਤਰ ਨੇ ਬਰੀਕ ਹੁੰਦੇ ਦੇ ਪਰਾਂ ਦੇ ਕਬੂਤਰ ਨੇ ਉਹ ਜ਼ਿਆਦਾ ਕੰਮ ਕਰਦੇ ਨੇ ਬਨਿਸਬਤ ਚੌੜੇ ਕਬੂਤਰ ਪੱਲੇ ਦੇ ਕਬੂਤਰਾਂ ਨਾਲ ਨੁਕੀਲੇ ਪਰ ਵੀ ਹਾਂ ਨੁਕੀਲਾ ਹਵਾ 'ਚ ਚੀਰ ਕੇ ਲੰਘਾ ਕਿਉਂਕਿ ਉਹਨਾਂ ਦੀ ਡਾਊਨ ਸਟ੍ਰੋਕ ਚੰਗੀ ਹੁੰਦੀ ਹੈ ਉਹਨਾਂ ਦੀ ਫਲਿੱਪ ਬਹੁਤ ਅੱਛੀ ਹੁੰਦੀ ਉਹ ਜਲਦੀ ਵਾਪਸ ਪਰ ਲੈ ਆਉਂਦੇ ਨੇ ਉਹਨਾਂ ਦਾ ਜ਼ੋਰ ਘੱਟ ਲੱਗਦਾ ਗੋਲ ਘੁੰਦੇ ਜ਼ਰਾ ਮਸਲਾ ਕਰਦੇ ਹਾਂ ਗੋਲ ਘੁੰਦੇ ਦੇ ਕਬੂਤਰ ਆਪਣੇ ਗੁੰਮੇ ਦੇ ਚੰਗੇ ਨੇ ਚੋਏ ਸਾਹਿਬ ਨੇ ਇੱਕ ਜਵਾਬ ਦੇ ਨਾਲ ਲਾਦਾ ਹਾਂ ਤੇ ਭਾਈ ਜੀ ਸਾਰੇ ਉਸਤਾਦ ਅੱਡੇ ਮੌਕੇ ਨੂੰ ਬੈਠੇ ਨੇ ਕਾਸ਼ੀ ਸਾਹਿਬ ਚੁੱਪ ਕਰ ਰਹੇ ਨੇ ਨਹੀਂ ਨਹੀਂ ਕਰਨ ਦੋ ਸਵਾਲ ਜਿਹੜਾ ਜੋੜ ਬੰਦ ਦਾ ਕਬੂਤਰ ਬੜੇ ਉਸਤਾਦ ਆਉਂਦੇ ਨੇ ਜੋੜ ਬੰਦ ਦਾ ਕਬੂਤਰ ਕਾਮਯਾਬ ਹੀ ਹੈ ਇਸ ਵਿੱਚ ਉਹਦੇ ਬਾਰੇ ਗੱਲ ਕਰੋਣਾ ਹਾਂ ਯਾਰ ਜੋੜ ਜਿਹੜਾ ਹੈ ਨਾ ਬੇਸਿਕਲੀ ਬਹੁਤਾ ਬੰਦ ਚੰਗਾ ਨਹੀਂ ਸੂਤਰ ਬਰਾਬਰ ਮਾਚਸ ਦੀ ਤੀਲੀ ਜਿਹਨਾਂ ਫਰਕ ਹੋਣਾ ਚਾਹੀਦਾ ਹੈ ਲੇਕਿਨ ਜੋੜ ਹੱਥ 'ਤੇ ਜੋ ਫਿਰ ਉਹਨਾਂ ਚੁਬਣਾ ਨਹੀਂ ਚਾਹੀਦਾ ਹਾਂ ਠੀਕ ਹੈ ਜੋੜ ਦੇ ਉੱਤੇ ਇੰਝ ਲੱਗੇ ਜਿਵੇਂ ਚਰਬੀ ਜੀ ਬੇਸਿਕਲੀ ਮਸਲ ਕਬੂਤਰ ਦੇ ਇਹ ਪਰ ਨੇ ਇਹ ਜਿਹੜੇ ਕਬੂਤਰ ਦੇ ਉਡਾਉਣ ਵਾਲੇ ਮਸਲ ਨੇ ਨਾ ਇਹ ਛਾਤੀ ਤੋਂ ਜਾ ਕੇ ਸਿੱਧੇ ਜੋੜਾਂ ਦੇ ਵਿੱਚੋਂ ਦੀ ਇੰਝ ਕ੍ਰਾਸ ਹੁੰਦੇ ਨੇ ਠੀਕ ਹੈ ਤੁਸੀਂ ਕਬੂਤਰ ਦਾ ਢਾਂਚਾ ਵੇਖ ਲਓ ਐਨਾਟਮੀ ਵੇਖੀਏ ਇਹਦੇ ਇਹਦੇ ਜਿਹੜੇ ਫਲਾਇੰਗ ਮਸਲ ਨੇ ਨਾ ਉਹਨਾਂ ਦਾ ਮੋਢਿਆਂ ਦੇ ਮਸਲ ਜੋੜ ਦੇ ਨਾਲ ਕੰਬੀਨੇਸ਼ਨ ਹੁੰਦਾ ਜਿਸ ਦੇ ਮਸਲ ਜਿੰਨੇ ਘੱਟ ਹੋਣਗੇ ਉੱਥੇ ਮਸਲ ਘੱਟ ਆਉਣਗੇ ਉਹ ਜੋੜ ਚੁਬੇਗਾ ਉਹ ਕਬੂਤਰ ਓਨਾ ਹੀ ਜਿਹੜਾ ਨਾ ਘੱਟ ਪ੍ਰਵਾਜ਼ੀ ਹੋਏਗਾ ਔਰ ਜੇ ਜ਼ਿਆਦਾ ਟਾਈਟ ਕਰ ਗਿਆ ਉਹ ਠਾਪਾ ਹੋ ਜਾਏਗਾ ਕਬੂਤਰ ਹਾਂ ਚੁਬਣਾ ਨਹੀਂ ਚਾਹੀਦਾ ਹੱਡੀ ਦੇ ਲੈਵਲ ਤੇ ਹੋਵੇ ਗੈਪ ਘੱਟ ਹੋਵੇ ਗੈਪ ਵਾ 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 ਉਸਤਾਦ ਜੀ ਗੈਪ ਵੱਡੀ ਹੋਣਾ ਚਾਹੀਦਾ ਸਾਰੇ ਬੰਦੇ ਆ ਜੋੜ ਬੰਦ ਦਾ ਕਬੂਤਰ ਉੱਠ ਸਕਦਾ ਹੀ ਨਾ ਗੈਪ ਘੱਟ ਹੋਣਾ ਗੈਪ ਅੱਛਾ ਕੁਛ ਜੋੜ ਉੱਤੇ ਦੁੰਮ ਦੇ ਕੋਲ ਲੱਗੇ ਹੁੰਦੇ ਨੇ ਉਹ ਵੀ ਬੜੇ ਨਿਆਬ ਕਬੂਤਰ ਨੇ ਬਹੁਤ ਘੱਟ ਕਬੂਤਰ ਹੁੰਦੇ ਨੇ ਯਾਰ ਐਂ ਜਿਤੇ ਖੁੱਲੀਆਂ ਦੁੰਮਾਂ ਵਾਲੇ ਤੇ ਜੋੜ ਖੁੱਲੀਆਂ ਨੇ ਉੱਡਦੇ ਨੇ ਲੇਕਿਨ 100 ਚੋਂ 2-4 ਪਰਸੈਂਟ ਉੱਡ ਜਾਂਦੇ ਨੇ ਲੇਕਿਨ ਮੇਨ ਪ੍ਰੋਪਰ ਜਿਹੜਾ ਹੈ ਨਾ ਉਹ ਹੀ ਉੱਡਦੇ ਨੇ ਜਿਨ੍ਹਾਂ ਦੀ ਪ੍ਰੋਪਰ ਫਿਜ਼ੀਕਸ ਹੈ ਪ੍ਰੋਪਰ ਬੈਲੈਂਸ ਹੈ ਪ੍ਰੋਪਰ ਫਰਕ ਹੁੰਦਾ ਹੈ ਉਹ ਹੀ ਕਬੂਤਰ ਅੱਗੇ ਨਰਮ ਜਿਸਮ ਫਲੈਕਸੀਬਲ ਨੇ ਗਰਦਨਾ ਨਰਮ ਨੇ ਲਚਕ ਹੈਗੀ ਹੈ ਡਾਇਲ ਮਜ਼ਬੂਤ ਨੇ ਕਬੂਤਰਾਂ ਦੇ ਕਬੂਤਰ ਗਰਮੀ ਦੇ ਵਿੱਚ ਮੈਂ ਜ਼ਿਆਦਾਤਰ ਉਹ ਉੱਡਦੇ ਵੇਖੇ ਨੇ ਇਹ ਹੁਣ ਅਕਸਰ ਮੈਂ ਕਬੂਤਰਾਂ ਵਾਲਾ ਸ਼ੌਕ ਕਰਦਾ ਰਿਹਾ ਨੈੱਟ ਨੂਟ ਦੇ ਇੱਥੋਂ ਪਲਕਾਂ ਨਜ਼ਰ ਆਉਂਦੀਆਂ ਹੁੰਦੀਆਂ ਇੱਥੋਂ ਮੈਂ ਮਾਸ ਨਜ਼ਰ ਅੰਦਰ ਦੀ ਗੱਲ ਨਹੀਂ ਕਰਦਾ ਮੈਂ ਬਾਹਰ ਦੀ ਗੱਲ ਕਰਦਾ ਬਾਹਰ ਵੀ ਪਲਕਦੇ ਇੰਝ ਨਜ਼ਰ ਆਉਂਦਾ ਇਹ ਵਾਲ ਜਿਹੜੇ ਨੇ ਪੂਰੇ ਇੰਝ ਹੋਣੇ ਚਾਹੀਦੇ ਨੇ ਕਬੂਤਰ ਦੇ ਜਿਵੇਂ ਬਾਸ ਦੇ ਹੁੰਦੇ ਨੇ ਜਿਵੇਂ ਜ਼ਿਆਦਾ ਸਿਆਲਕੋਟੀਆਂ ਦੇ ਗਏ ਆਹੋ ਉਹ ਕਬੂਤਰ ਗਰਮੀ ਦੀ ਬਰਦਾਸ਼ਤ ਕਰ ਜਾਂਦੇ ਨੇ ਜਿਉਂ ਸਿਆਲਕੋਟੀ ਕਬੂਤਰ ਇਹਨੇ ਸਿਆਲਕੋਟੀਆਂ ਕਬੂਤਰਾਂ ਦੀ ਬਰਦਾਸ਼ਤ ਕਿਉਂ ਹੈ ਇੰਨੀ ਉਹਦੀ ਸਭ ਤੋਂ ਵੱਡੀ ਵਜ੍ਹਾ ਵੀ ਇਹ ਹੀ ਹੈ ਕਿ ਇੱਕ ਉਹਨਾਂ ਦਾ ਆਪਣਾ ਡਾਇਲ ਮਜ਼ਬੂਤ ਹੈ ਨੰਬਰ 2 ਉਹਨਾਂ ਦੀ ਅੱਖ ਦੇ ਵਿੱਚ ਜ਼ਰਾਤ ਦੂਜੇ ਕਬੂਤਰ ਨਸਲਾਂ ਨਾਲੋਂ ਜ਼ਿਆਦਾ ਨੇ ਉਹਨਾਂ ਦਾ ਬੈਕਗਰਾਉਂਡ ਡਾਰਕ ਹੈ ਉਹ ਪੱਕੇ ਮਜ਼ਬੂਤ ਉਹਦੀ ਇਸੇ ਮਜ਼ਬੂਤੀ ਦੀ ਨਿਸ਼ਾਨੀ ਵਾਪਸੀ ਵਾਪਸੀ ਬੜੀ ਹੁੰਦੀ
ਅੱਛਾ ਨੋਕਾਂ ਦੇ ਕਲਰ ਦੇ ਉੱਤੇ ਬੜੀ ਬਹਿਸ ਹੋਈ ਇਹ ਜੀ ਮੋਮੀ ਨੋਕਦਾ ਕੱਚੀ ਨੋਕਦਾ ਅਕਾਲੀ ਨੋਕਦਾ ਪੱਕੀ ਨੋਕਦਾ ਕੀ ਹੈ ਕੀ ਇਹਦੀ ਵੰਡ ਕੱਢੀ ਅਸੀਂ ਯਾਰ ਨੋਕ ਜਿਹੜੀ ਹੈ ਨਾ ਉਹ ਬੇਸਿਕਲੀ ਕਾਲੀ ਨੋਕ ਹੀ ਚੰਗੀ ਹੈ ਖੁਰਦ ਨੋਕੇ ਹੋਣ ਕਾਲੀ ਨੋਕ ਹੋਵੇ ਅਲਫ ਨੋਕੇ ਵੀ ਮੈਂ ਜੇਲ੍ਹ 'ਚ ਸ਼ਾਮ ਬਹਿੰਦੇ ਵੇਖੇ ਅਲਫ ਨੋਕੇ ਤਾਂ ਮੇਰੇ ਤਾਂ ਬਜ਼ਾਤੇ ਮਹਿਰਾਂ ਵਾਲੇ ਕਬੂਤਰ ਨੇ ਮੈਂ ਆਪਣੇ ਅੱਖੀ ਵੇਖੇ ਨੇ ਸ਼ਾਮ ਬਹਿੰਦੇ ਪੀਰ ਇਮਰਾਨ ਸ਼ਾਹ ਦੀ ਛੱਤ 2022 ਚੈਂਪੀਅਨ ਹੋਏ ਉਹਦੇ ਅਲਫ ਨੋਕੇ ਕਬੂਤਰ ਵਿੱਚ ਕਿੰਨੇ ਵਾਲੇ ਜੰਗੀਰ ਗੁਜਰ ਕੋਟ ਮੋਮਨ ਵਾਲੇ ਦੀ ਛੱਤ ਅੱਛਾ ਉੱਡ ਉੱਡ ਗਿਆ ਵੀ ਕਾਲੀ ਕਰ ਜਾਂਦੇ ਨੇ ਗ੍ਰੇ ਹੀ ਕਰ ਜਾਂਦੇ ਨੇ ਖੁਰਾਕ ਦੇਣ ਲੱਗਿਆਂ ਵੀ ਥੋੜ੍ਹਾ ਜਿਹਾ ਹੋ ਜਾਂਦਾ ਹੁਣ ਕਸੂਰੀਆ ਕਬੂਤਰ 'ਚ ਪੀਲੀ ਨੋਕ ਵੀ ਆਉਂਦੀ ਹੈ ਹਾਂ ਪੀਲੀ ਨੋਕ ਵੀ ਆਉਂਦੀ ਹੈ ਇਹਦਾ ਮਤਲਬ ਇਹਨੇ ਬੜੇ ਬੱਚੇ ਡਾਉਂਦੇ ਨੇ ਉਹ ਵੀ ਅੱਛਾ ਇਹਨਾਂ 'ਚ ਮੋਮੀ ਨੋਕਾਂ ਵਾਲੇ ਵੀ ਬੜੇ ਬੱਚੇ ਡਾਉਂਦੇ ਨੇ ਡਾਉਂਦੇ ਨੇ ਡਾਉਂਦੇ ਨੇ ਕੋਈ ਏਦਾਂ ਨਹੀਂ ਹੈਗਾ ਮੇਨ ਚੀਜ਼ ਉਹਦਾ ਫਰੀ ਹੁਣ ਮੋਮੀ ਨੋਕ ਕਬੂਤਰ ਦਾ ਐਡਾ ਸਿਰ ਲੱਗਾ ਹੈ ਖੋਪੜ ਲੱਗਾ ਹੈ ਪਰ ਪੁਰਦਾ ਚੰਗਾ ਤਾਂ ਕੀ ਉਹ ਬੱਚੇ ਨਹੀਂ ਉਡਾਏਗਾ ਉਡਾਏਗਾ ਲਾਜ਼ਮੀ ਉਡਾਏਗਾ ਯਾਰ ਸੇਠ ਵਾਲੇ ਕਬੂਤਰ ਵੀ ਚੋਈ ਸਖੀ ਵਾਲੇ ਹੀ ਕ੍ਰਾਸ ਕਰਦੇ ਤੇ ਬੱਚੇ ਤੇ ਉਹ ਵੀ ਡਾਉਂਦੇ ਨੇ ਹੋਵੇ ਚੰਗੇ ਤੇ ਪਰ ਪੁਰਦੇ ਤੇ ਚੰਗੇ ਹੋਣ ਉਹ ਵੀ ਬੱਚੇ ਡਾਈ ਜਾਂਦੇ ਨੇ ਹਾਂ ਨਾਲ ਬਲੱਡ ਅੱਛਾ ਮਿਲ ਜਾਵੇ ਅੱਛਾ ਟੀਰੇ ਕਬੂਤਰਾਂ ਦੀ ਕੀ ਸਟੋਰੀ ਹੈਗੀ ਟੀਰੇ ਤੇ ਬੱਲੜੇ ਟੀਰੇ ਜ਼ਿਆਦਾ ਪੱਟੀ ਵਾਲੇ ਕਬੂਤਰਾਂ 'ਚ ਆਉਂਦੇ ਨੇ ਅਤੇ ਜਿਹੜੇ ਆਪਣੇ ਕਬੂਤਰਾਂ 'ਚ ਟੀੜਾ ਭੰਨ ਆ ਜਾਂਦਾ ਬਿੱਲੀ ਅੱਖੇ ਇਹ ਜ਼ਿਆਦਾ ਜੀਨਸ ਦਾ ਫਾਲਟ ਹੁੰਦਾ ਹੈ ਜੈਨੇਟਿਕ ਫਾਲਟ ਹੁੰਦਾ ਹੈ ਇਹ ਆਂਡੇ ਜਦੋਂ ਮਾਦੀ ਦਿੰਦੀ ਹੈ ਤਾਂ ਉਸ ਟਾਈਮ ਵੀ ਹੋ ਸਕਦਾ ਜਾਂ ਮਾਦੀ ਦੇ ਅੰਦਰ ਕੋਈ ਵਾਇਰਸ ਦੀ ਵਜ੍ਹਾ ਤੋਂ ਹੋ ਸਕਦੇ ਇਹ ਖਸੂਸੀਅਤ ਨਹੀਂ ਹੈਗੀ ਇਹ ਖਸੂਸੀਅਤ ਨਹੀਂ ਇਹ ਉਹਦੇ ਜੈਨੇਟਿਕ ਫਾਲਟ ਦੇ ਵਿੱਚ ਆਉਂਦਾ ਅਤੇ ਜਿਹੜੇ ਓਡਾਈਜ ਨਿਕਲ ਆਉਂਦੇ ਨੇ ਉਹ ਜ਼ਿਆਦਾ ਪੱਟੀ ਵਾਲਿਆਂ 'ਚ ਨਿਕਲਦੇ ਹਾਂਜੀ ਉਹ ਬੜੀ ਖਸਲ ਸਮਝਦੇ ਨੇ ਆਹੋ ਉਹਨਾਂ ਦੀ ਨਸਲਾਂ ਦੇ ਵਿੱਚ ਚੱਲਦਾ ਹੈ ਨਾ ਲਾਸਟ ਟੌਪਿਕ ਬਿਮਾਰੀਆਂ ਲਾਏ ਲਕਵੇ ਝੋਲੇ ਦਾ ਕੋਈ ਹੱਲ ਦੱਸ ਦਿਓ ਯਾਰ ਯਾਰ ਲਕਵੇ ਝੋਲੇ ਦਾ ਤਾਂ ਹੱਲ ਸਭ ਤੋਂ ਜ਼ਿਆਦਾ ਜਿਹੜਾ ਨਾ ਵੈਕਸੀਨ ਹੀ ਹੈ ਉਹ ਜਿਹੜੀ ਹੈਗੀ ਨਾ 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 ਮੈਡੀਵੈਕ ਅਸੀਂ ਦੋ ਤਿੰਨ ਦਫ਼ਾ ਸਾਡੇ ਆਪਣਾ ਪਰਪਟਾਈ ਦੇ ਦੌਰਾਨ ਆ ਗਈ ਇਹਨੇ ਇਹਨੇ ਚੱਪਿਆਂ 'ਤੇ ਅੱਧੀ ਅੱਧੀ ਸੀ ਸੀ ਵੀ ਲਾਈ ਹੈ ਮੈਡੀਵੈਕ H9 ਉਹਨੇ ਪੂਰਾ ਕੰਮ ਕੀਤਾ ਹੈ ਠੀਕ ਇੱਕ ਚਾਈਨਾ ਦੀ ਆਈ H9 ਸੋਰੀ ਉਹ ਬਹੁਤ ਚੰਗੀ ਹੈ ਨਹੀਂ ਤਾਂ ਮੈਂ ਸਾਰੀ ਜ਼ਿੰਦਗੀ 'ਚ ਵੀਕਾ ਵਰਤੀ ਹੈ ਉਸ ਤੋਂ ਚੰਗੀ ਵੈਕਸੀਨ ਕੋਈ ਨਹੀਂ ਜ਼ਿੰਦਗੀ 'ਚ ਦੋ ਦਫ਼ਾ ਲਾ ਦਿਓ ਪਿਆਣ ਲਾਉਣਾ ਚਵੀਕਾ 2 ਪੁਆਇੰਟ ਇੱਕ ਜਦੋਂ ਬੱਚਾ ਡੇਰੇ ਪਰ ਨਿਕਲਣ ਉਦੋਂ ਲਾ ਦਿਓ ਅਤੇ 6 ਮਹੀਨੇ ਬਾਅਦ ਫਿਰ ਉਹਨੂੰ ਲਗਾ ਦਿਓ ਸਾਲ ਲਾਈਫ ਟਾਈਮ ਗਰੰਟੀ ਉਹਦੀ ਉਸ ਤੋਂ ਬਾਅਦ ਰਾਣੀ ਖੇਤ ਉਹਨੂੰ ਨਹੀਂ ਆਏਗੀ ਅਤੇ ਜਾਂ ਕੋਲੰਬੀਆ ਹਾਂ ਕੋਲੰਬੀਆ ਅਤੇ ਹੁਣ ਜੇ ਆ ਜਾਵੇ ਤਾਂ ਲਸੋਟਾ ਹੀ ਹੈ ਹਾਂ ਜੇ ਬਿਮਾਰੀ ਰੁਕਣੀ ਹੈ ਆ ਗਈ ਹੈ ਇੱਕ ਟ੍ਰੀਟਮੈਂਟ ਬੜਾ ਚੰਗਾ ਉਹ ਮੈਂ ਕਰਵਾਇਆ ਉਹਦੇ ਨਾਲ ਕਬੂਤਰ ਐਕਸਪਾਇਰ ਨਹੀਂ ਹੁੰਦਾ ਮਰਦਾ ਕੋਈ ਨਹੀਂ ਇਸ ਚੀਜ਼ ਦੀ ਗਰੰਟੀ ਆ ਹਾਂ ਸਾਰਿਆਂ ਤੋਂ ਪਹਿਲਾਂ ਲੀਫਲੋਕਸ ਗੋਲੀ ਲੈਣੀ ਹੈ ਐਂਟੀਬਾਇਓਟਿਕ ਗੋਲੀ ਹੈ ਚੌਥਾ ਹਿੱਸਾ ਸਾਰਿਆਂ ਨੂੰ ਦੇ ਦੇਣੀ ਹੈ ਇੱਕ ਹੀ ਦਫ਼ਾ ਠੀਕ ਹੈ ਟ੍ਰਾਈ ਪਰਸਨ ਇੱਕ ਸ਼ਰਬਤ ਲੈਣਾ ਰੋਜ਼ 1 cc 2 ਲੀਟਰ ਪਾਣੀ 'ਚ ਸੁਬਾਹ ਦੇ ਟਾਈਮ ਜਿਹੜਾ ਪਾਣੀ ਪਿਆਉਣਾ ਉਹਦੇ 'ਚ ਪਾਣਾ ਬਾਅਦ 'ਚ ਪਾਣੀ ਡੋਲ ਦੇਣਾ ਇਹ ਹੋ ਗਿਆ 4 ਸ਼ਰਬਤ ਕੋਲਿਕ ਜੈਟੀਪਾਰ ਪੈਨਾਡੋਲ ਮੈਂ ਦੱਸਣਾ ਵਾਂ ਕੋਲਿਕ ਜੈਟੀਪਾਰ ਪੈਨਾਡੋਲ ਅਤੇ ਫਲੈਜਲ 4 ਸ਼ਰਬਤ ਆਪਣਾ ਇੱਕ ਇੱਕ ਢੱਕਣ 2 ਲੀਟਰ ਪਾਣੀ 'ਚ ਪਾ ਕੇ ਇਹ ਪਿਆਉਣਾ ਅਤੇ ਦਾਣੇ ਉੱਤੇ ਵੀ ਇਹੀ ਪਾਉਣਾ ਇਹੀ ਸ਼ਰਬਤ ਇੱਕ ਇੱਕ ਢੱਕਣ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਇਹ ਖਵਾਉਣਾ ਜਿਸ ਕਬੂਤਰ ਨੂੰ ਜਿਹੜਾ ਨਾ ਖਵਾਵੇ ਉਹਨੂੰ ਭੁੱਖਾ ਨਹੀਂ ਰਹਿਣ ਦੇਣਾ ਉਹਨੂੰ ਰਾਤੀ ਸਿਲੈਗ ਭਰ ਕੇ ਅਤੇ 20 cc ਮਾਰ ਦੇਣਾ ਦੁੱਧ ਵਿੱਚ ਨਾਲ ਕਾਰਮੀਨਾ ਦੀ ਅੱਧੀ ਗੋਲੀ ਦੇਣੀ ਨਹੀਂ ਇੱਕ ਕਬੂਤਰ ਨਹੀਂ ਮਰੇਗਾ ਤੁਹਾਡਾ ਸਿਰਫ ਇਹ ਟ੍ਰੀਟਮੈਂਟ ਕਰ ਲਵੋ ਟੋਟਲ 6 ਚੀਜ਼ਾਂ ਨੇ ਠੀਕ ਹੈ ਲੀਫਲੋਕਸ ਦੀ ਇੱਕ ਗੋਲੀ ਇੱਕ ਹੀ ਦਫ਼ਾ ਦੇਣੀ ਹੈ ਚੌਥਾ ਹਿੱਸਾ ਟ੍ਰਾਈ ਪਰਸਨ ਰੋਜ਼ ਸੁਬਾਹ ਦੇ ਟਾਈਮ ਪਾਉਣਾ ਅਤੇ 4 ਸ਼ਰਬਤ ਹੈ ਦਾਣੇ 'ਤੇ ਵੀ ਪਾਉਣੇ ਨੇ ਅਤੇ ਪਾਣੀ ਦੇ ਵਿੱਚ ਵੀ ਮਿਕਸ ਕਰਕੇ ਪਾ ਦਿਓ ਦੂਸਰਾ ਇੱਕ ਤੁਸੀਂ ਦੱਸ ਰਹੇ ਟੈਰੀ ਵੀ ਕੀ ਆ ਕਿਹੜਾ
ਇੱਕ ਹੋਰ ਤੁਸੀਂ ਗੋਲੀ ਕੋਈ ਦੱਸ ਰਹੇ ਟ੍ਰਾਈ ਪਰਸਨ ਜਾਂ ਪਤਾ ਨਹੀਂ ਕੁਛ ਦੱਸ ਰਹੇ ਸੀ ਉਹ ਸੀਰਪ ਹੈ ਨਾ ਟ੍ਰਾਈ ਪਰਸਨ ਕਾਰਮੀਨਾ ਕਾਰਮੀਨਾ ਇਹ ਰਾਤ ਨੂੰ ਜਿਹੜਾ ਨਾ ਖਾਵੇ ਦਾਣਾ ਛੱਡ ਜਾਂਦਾ ਇੰਨਾ ਕਬੂਤਰ ਨਾ ਖਾਵੇ ਉਹਨੂੰ ਭੁੱਖਾ ਨਹੀਂ ਰਹਿਣ ਦੇਣਾ ਉਹਨੂੰ ਸਿਰ ਲੈ ਕੇ ਦੁੱਧ 'ਚ ਬਣਾ ਕੇ ਦੇ ਦਿਓ ਅਤੇ ਨਾਲ ਆਪਣਾ ਗੋਲੀ ਆਪਣਾ ਹਜ਼ਮ ਦੇ ਦਿਓ ਕਾਰਮੀਨਾ ਕਬੂਤਰ ਮਰੇਗਾ ਕੋਈ ਅੱਛਾ ਟੋਪਿਕ ਤਾਂ ਨਹੀਂ ਹਲੇ ਬਣਦਾ ਕਿਉਂਕਿ ਅਸੀਂ ਬੜਾ ਲੰਘ ਆਏ ਹਾਂ ਅੱਗੇ ਲੇਕਿਨ ਐਵੇਂ ਰੈਂਡਮ ਜ਼ੇਨ ਚ ਆ ਰਹੇ ਭੋਰਿਆਂ ਦੇ ਕਿਉਂ ਵੱਡੇ ਖਿਲਾਫ ਹੋ ਤੁਸੀਂ ਭੋਰਿਆਂ ਦੇ ਭੋਰੇ ਕੁੰਡੇ ਕਬੂਤਰਾਂ ਜਾਮ ਕਰਦਾ ਹੈ ਨਾ ਕਰੋ ਯਾਰ ਸਾਜੀ ਅਸੀਂ ਤੇ ਭੋਰੇ ਮੇਰੀ ਗੱਲ ਸੁਣੋ ਮਲਾਈ ਮੈਂ ਵੀ ਪਾਉਂਦਾ ਰਿਹਾ ਵਾਂ ਮਲਾਈ ਵਾਲੇ ਭੋਰੇ ਪਾ ਦੋ ਚਾਰ ਦਫਾ ਤੇ ਠੀਕ ਹੈ ਲੇਕਿਨ ਮੁਸਲਸਲ ਪਾਉਣ ਦੇ ਨਾਲ ਨਾ ਇਹ ਕਬੂਤਰਾਂ ਨੂੰ ਫਾਇਦਾ ਨਹੀਂ ਦਿੰਦੇ ਕਬੂਤਰਾਂ ਮੋਢੇ ਭਰੇ ਹੋਈ ਜਾਂਦੇ ਅਸੀਂ ਤੇ ਕਹਿੰਦੇ ਆ ਕਿ ਜਿੰਨੇ ਘਿਓ ਖਾਦਾ ਹੋਏਗਾ ਉਹ ਹੀ ਧੁੱਪ ਬਰਦਾਸ਼ਤ ਕਰੇਗਾ ਉਹ ਨਹੀਂ 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 ਅਸੀਂ ਅੱਜ ਤੱਕ ਨਹੀਂ ਕੋਈ ਹੋਇਆ ਤਲ ਖੂਨ ਤਲਕ ਹੋ ਜਾਂਦਾ ਤੇ ਖੂਨ ਤਲਕ ਕੀ ਹੋ ਗਿਆ ਗਾੜਾ ਹੋ ਜਾਂਦਾ ਹਾਂ ਗਾੜਾ ਹੋ ਜਾਂਦਾ ਕਬੂਤਰ ਡਿੱਗਦਾ ਫਿਰ ਚਪੜਾਂ 'ਚ ਜਾਂਦੇ ਨੇ ਕਬੂਤਰ ਲਾਹੌਰ ਦੀ ਕਬੂਤਰਬਾਜ਼ੀ ਪੰਜਾਬ ਦੇ ਨਾਲ ਰਲੇਗੀ ਕਦੀ ਰਲ ਜਾਏਗੀ ਰਲ ਸਕਦੀ ਬਾਕੀ ਅਸੂ ਵਿਸਾਖ ਅਤੇ ਚੇਤਰ ਤੇ ਰਲਦੀ ਉਹ ਤਾਂ ਰਲਦੀ ਜੇ ਡਾਂਸ ਅਤੇ ਜੇਠ ਵਿੱਚ ਵੀ ਜਿਹੜੇ ਦਲੇਰ ਖਿਡਾਰੀ ਨੇ ਉਹ ਡਾ ਸਕਦੇ ਨੇ ਕੀ ਏਡਾ ਰੌਲਾ ਤਾਂ ਕੋਈ ਗੱਲ ਲੈਣਾ ਤਾਂ ਨਸੀਬਾਂ ਦਾ ਹੀ ਹੈ ਮੈਂ ਉਹਨਾਂ ਨੂੰ ਨਾ ਆਫ ਦੀ ਰਿਕਾਰਡ ਆ ਗੱਲ ਕੀਤੀ ਕਹਿੰਦਾ ਯਾਰ ਕੀ ਹੋਏਗਾ ਲੋਰੀਏ ਰਲਨ ਇੱਕ ਸਾਲ ਹਰਨਗੇ ਦੋ ਸਾਲ ਹਰਨਗੇ ਤੀਸਰੇ ਸਾਲ ਸਿੱਖੀ ਗੱਲ ਪਤਾ ਕੀ ਹੈ ਗੱਲ ਸਾਰੀ ਵਸਾਇਲ ਲੋਕਾਂ ਦੀ ਠੀਕ ਹੈ ਛੱਤਾਂ ਦੀ ਨਹੀਂ ਨਹੀਂ ਜੇਡ ਜਿਹੜੇ ਵੀ ਉੱਡਦੇ ਨੇ ਤਗੜੀਆਂ ਹੀ ਛੱਤਾਂ ਨੇ ਜੇ ਆ ਬਾਰ ਬਾਰ ਹੋਣ ਨਾ ਕੋਈ ਛੱਤਾਂ ਜਿਵੇਂ ਹੁਣ ਹੈ ਪਰਾਂ ਬੈਠੇ ਕੋਈ ਵਾਗੇ ਤੇ ਬੈਠਾ ਕੋਈ ਇੱਧਰ ਏਅਰਪੋਰਟ ਕੋਲ ਬੈਠਾ ਕੋਈ ਰਾਵੀ ਤੇ ਬੈਠਾ ਉਡਾ ਸਕਦੇ ਅਗਰ ਉਡਾਉਣਾ ਚਾਹਣ ਤੇ ਆਹੋ ਅਗਰ ਮੈਂ ਕੱਲ੍ਹ ਨੂੰ ਕੋਈ ਮੈਨੂੰ ਇੱਥੇ ਕੋਈ ਤਗੜੀ ਛੱਤ ਲੱਭ ਜਾਂਦੀ ਹੈ ਮੈਂ ਬਣਾ ਲੈਂਦਾ ਮੈਂ ਇੱਥੇ ਉਡਾਵਾਂਗਾ ਮੈਂ ਤੇ ਦਰੇਕ ਕਰਾਂਗਾ ਪੋਲੂਸ਼ਨ ਬੜੀ ਜੇ ਵੇਖ ਲੈਣਾ ਯਾਰ ਪੈ ਹੋਵੇ ਹੁਣ ਕੀ ਸ਼ੌਕ ਵੀ ਤਾਂ ਕਰਨਾ ਹੀ ਹੈ ਨਾ ਕੀ ਹੋਏਗਾ ਸਾਡਾ ਤੇ ਸਾਰਾ ਫੈਕਟਰੀ ਏਰੀਆ ਹੈ ਜਿੰਨੀਆਂ ਮਿੱਲਾਂ ਨੇ ਪਰਲੇ ਪਾਸੇ ਜੀ ਟੀ ਰੋਡ ਤੋਂ ਪਾਸ ਸਭ ਮਿੱਲਾਂ ਨੇ ਪਹਿਲਾਂ ਸਹੁਰਿਆਂ ਤੋਂ ਪਹਿਲਾਂ ਸਾਰਾ ਆ ਬੰਨ ਤੱਕ ਤੋੜੋ ਮੁੱਲਾਂ ਤਾਰਾਂ ਮਿੱਲਾਂ ਹੀ ਸਾਰੀਆਂ ਫੈਕਟਰੀਆਂ ਹੀ ਨੇ ਹਾਂਜੀ ਇਹ ਵਾਗੇ ਵੱਲ ਬੜਾ ਸੋਹਣਾ ਮਾਹੌਲ ਹੈਗਾ ਹਾਂ ਬੀ ਆਰ ਬੀ ਹੈ ਨਾ ਬੀ ਆਰ ਬੀ ਆਉਂਦੀ ਉਹ ਕਸ਼ਮੀਰ ਤੋਂ ਉਹ ਸਾਰਾ ਵਗਦਾ ਵੀ ਉਸ ਤੋਂ ਬਾਹਰ ਬੜਾ ਸੋਹਣਾ ਮਾਹੌਲ ਹੈ ਇੱਧਰ ਵਾਲੇ ਪਾਸੇ ਬੜਾ ਸੋਹਣਾ ਮਾਹੌਲ ਹੈ ਉੱਧਰ ਫੈਕਟਰੀ ਪੋਲੂਸ਼ਨ ਨਹੀਂ ਨਾ ਹਾਂ ਉੱਧਰ ਬਣਾਉਣ ਵੀ ਨਹੀਂ ਦਿੰਦੇ ਰੁੱਖ ਹਮੇਸ਼ਾ ਇਸ ਪਾਸੇ ਨੂੰ ਹੁੰਦਾ ਸ਼ਮਾਲ ਵੱਲ ਹਾਂ ਤੇ ਇਸ ਵਜ੍ਹਾ ਤੋਂ ਇਹ ਇਲਾਕਿਆਂ ਦੇ ਜ਼ਿਆਦਾ ਮੁਤਾਸਰ ਹੁੰਦੇ ਨੇ ਹੋਰ ਕੋਈ ਤਗੜਾ ਜਿਹਾ ਸਵਾਲ ਪੁੱਛੋ ਸਰ ਮੇਰੇ ਹਿਸਾਬ ਨਾਲ ਤਾਂ ਬਹੁਤ ਕੁਛ ਅਸੀਂ ਕਵਰ ਕਰ ਲਿੱਤਾ ਸਹੀ ਕਬੂਤਰ ਅਸੀਂ ਜੋੜੇ ਵੀ ਮੌਤ ਦਿਲ ਵੀ ਗਰਮ ਵੀ ਠੰਡਾ ਪਾਣੀ ਕੋਈ ਦੱਸੋ ਯਾਰ ਸਾਰਿਆਂ ਤੋਂ ਚੰਗਾ ਸਭ ਤੋਂ ਚੰਗੀ ਜੇ ਕੋਈ ਠੰਡੀ ਚੀਜ਼ ਹੈ ਨਾ ਮੇਰੀ ਕਾਗਜ਼ਾਂ 'ਚ ਕਬੂਤਰ ਬਾਈ ਉਹ ਸਰਦ ਚੀਨੀ ਹੈ ਉਹ ਦ੍ਰਿਸ਼ਕ ਨਹੀਂ ਦ੍ਰਿਸ਼ ਦ੍ਰਿਸ਼ ਤਾਂ ਇਹ ਡਜ਼ੇ ਡੁਜ਼ੇ ਵਾਸਤੇ ਆ ਠੀਕ ਹੈ ਲੰਮੀਆਂ ਬਾਜ਼ੀਆਂ ਜੇਠ ਵਾਸਤੇ ਸਰਦ ਚੀਨੀ ਤੋਂ ਚੰਗੀ ਕੋਈ ਚੀਜ਼ ਨਹੀਂ ਕੋਈ ਸਰਦ ਚੀਨੀ ਸਰਦ ਚੀਨੀ ਜਿਵੇਂ ਦੀ ਕਾਲੀ ਮਿਰਚ ਹੁੰਦੀ ਹੈ ਏਡੀ ਹੁੰਦੀ ਇਸ ਤੋਂ ਥੋੜ੍ਹੀ ਜਿਹੀ ਵੱਡੀ ਪਿੱਛੇ ਡੰਡੀ ਜਿਹੀ ਲੱਗੀ ਹੁੰਦੀ ਤੈਨੂੰ ਇਸਤੇਮਾਲ ਕਿਵੇਂ ਕਰਨਾ ਮਿਕਦਾਰ ਇੰਨੀ ਕੁ ਜਿੰਨੀ ਪੀਂਦੇ ਹੋ ਰਾਤੀ ਆਪਣੇ ਕਬੂਤਰਾਂ ਦੇ ਹਿਸਾਬ ਨਾਲ ਜਿਹੜੇ ਕਬੂਤਰ ਜ਼ਿਆਦਾ ਮੂੰਹ ਜ਼ੋਰ ਨੇ ਉੰਨੀ ਮਿਕਦਾਰ ਵੱਧ ਪੀਂ ਲਓ ਸੁਬਹਾ ਉਹਨਾਂ ਨੂੰ ਪਾਣੀ ਦਵਾਈ ਮਿਕਸ ਕਰਕੇ ਉਹ ਹੀ ਦਿਓ ਦੋ ਦਿਨ ਪਿਓ ਕਬੂਤਰ ਤੁਹਾਡੇ ਸਾਰੇ ਕੈਂਡੇ 'ਚ ਆ ਜਾਣਗੇ ਧੁੱਪ ਵਿੱਚ ਵੀ ਖਲੋਣਗੇ ਅਤੇ ਬਹਿਣਗੇ ਵੀ ਲੱਤਾਂ ਪਾ ਰਹਿਣ ਜੇ ਆ ਕੇ ਮੂੰਹ ਵੀ ਨਹੀਂ ਖੋਲਣਗੇ ਅਤੇ ਲੰਮੇ ਵੀ ਨਹੀਂ ਪੈਣਗੇ ਯਾਰ ਕੋਈ ਨੁਸਖਾ ਦੋ ਦੇਸੀ ਅਤੇ ਵਲੈਤੀ ਮਿਕਸ ਕਰਕੇ ਯਾਰ ਦੇਸੀ ਵਲੈਤੀ ਤਾਂ ਸਾਰਿਆਂ ਤੋਂ ਚੰਗਾ ਇੱਕ ਮੋਟੀਵਾਲ ਲਵੋ ਦੋ ਡੈਲਟਾ ਕਾਰਡ ਅੱਧੀ ਮੈਥੀ ਕੁਬਾਲ ਇੰਨਾ ਹੀ ਵਿੱਚ ਗਲੂਕੋਜ਼ ਪਾ ਲਵੋ ਗਲੂਕੋਜ਼ ਗਲੂਕੋਜ਼ 20 ਸੀਸੀ ਪਾਣੀ ਦਿਓ
ਦੋ ਦੋ ਚਾਰ ਚਾਰ ਘੰਟੇ ਆਰਾਮ ਨਾਲ ਕਬੂਤਰ ਵੱਜ ਜਾਂਦਾ, ਦੋ ਦੋ ਇੱਕ ਇੱਕ ਸੀਸੀ ਲਾ ਦਿਓ, ਡੇਢ ਡੇਢ ਸੀਸੀ। ਅੱਛਾ, ਅਸੀਂ ਵੇਖਿਆ ਲੋਕਾਂ ਨੂੰ ਗਲੂਕੋਜ਼ ਇਸਤੇਮਾਲ ਕਰਦੇ, ORS ਇਸਤੇਮਾਲ ਕਰਦੇ, ਇਹਨਾਂ ਦਾ ਕੰਬੀਨੇਸ਼ਨ ਵੀ ਬਣਾ ਕੇ ਇਸਤੇਮਾਲ ਕਰਦੇ ਨੇ, ਇਹਨਾਂ ਦੀ ਕੀ ਅਹਿਮੀਅਤ? ਔਰ ਇਹਨਾਂ ਦਾ ਐਗਜ਼ੈਕਟ ਸਾਰਾ ਕੁਝ ਵਰਤਿਆ, ਗਲੂਕੋਜ਼ ਵਰਤਿਆ, ਰੀਕੈਪ ਫਾਸਟ ਵਰਤਿਆ, ਠੀਕ ਹੈ, ਉਸ ਤੋਂ ਇਲਾਵਾ ਹੋਰ ਵੀ ਹੈ ਜਿੰਨੀਆਂ ਰਿਕਵਰੀ ਕੈਪਸੂਲ ਵਰਤੇ, ਇਹ ਜ਼ਿਆਦਾ ਠੰਡੀਆਂ ਚੀਜ਼ਾਂ ਨੇ, ਠੀਕ ਹੈ, ਇਹਨਾਂ ਦੀ ਮਿਕਦਾਰ ਜਿਹੜੀ ਹੈ ਨਾ ਉਹ ਅਹਿਮੀਅਤ। ਹੁਣ ਜਿਹੜਾ ਰਿਕਵਰੀ ਕੈਪਸੂਲ ਹੈ ਨਾ, ਉਹ ਇੱਕ ਕੈਪਸੂਲ ਇੱਕ ਗਲਾਸ ਪਾਣੀ 'ਚ, ਉਹ ਗਲਾਸ ਪਾਣੀ ਭਾਵੇਂ ਤੁਹਾਡੇ 50 ਕਬੂਤਰਾਂ ਨੂੰ ਆ ਜਾਵੇ, ਠੀਕ ਹੈ, ਉਹਨੇ ਆਪਣਾ ਰਿਕਵਰੀ ਪੂਰੀ ਕਰਨੀ। ਜੇ ਤੁਸੀਂ ਇੱਕ ਕੈਪਸੂਲ ਇੱਕ ਕਬੂਤਰ ਨੂੰ ਦਿਓਗੇ ਇੱਕ ਦਿਨ ਦੇ, ਉਹ ਦੂਜੇ ਦਿਨ ਤੀਜੇ ਦਿਨ ਉਹ ਕਬੂਤਰ ਤੁਹਾਡਾ ਜਾਲ ਨਹੀਂ ਛੱਡੇਗਾ। ਐਂਜੀ ਰੀਕੈਪ ਫਾਸਟ ਹੈ, ਐਂਜੀ ਦੂਜੀ ਹੈ, ਇਹਨੇ ਗਲੂਕੋਜ਼ ਨੇ ਇਹਨਾਂ ਦੀ ਮਕਦਾਰਾਂ ਵੀ ਸਮਝਣਾ ਬੜੀ, ਮਕਦਾਰ ਹੀ ਤੇ ਅਸਲ ਕਮਾਲ ਹੈ, ਪਤਾ ਸਾਰੀ ਦੁਨੀਆ ਨੂੰ ਹੀ ਹੈ। ਅੱਛਾ, ਤੁਹਾਡਾ ਹੁਣ ਪਲੈਨ ਪਾਰਟੀ ਨੂੰ ਲੈ ਕੇ ਲਾਹੌਰ ਲਈ ਹੈਗਾ ਕੋਈ? ਜ਼ਿਆਦਾ ਲਾਹੌਰ ਨੂੰ ਵੀ ਹੈਗਾ, ਮੇਰਾ ਅਸਲ ਪੰਜਾਬ ਵਾਲੇ ਪਾਸੇ ਧਿਆਨ ਹੈ, ਠੀਕ ਹੈ, ਪੰਜਾਬ ਵਾਲੇ ਪਾਸੇ ਇਨਸ਼ਾਅੱਲਾ ਮੇਰੀਆਂ ਛੱਤਾਂ ਹੋਰ ਵੀ ਆ ਰਹੀਆਂ, ਅਗਲੇ ਸੀਜ਼ਨ ਇੱਕ ਦੋ ਛੱਤਾਂ ਹੋਰ ਵੀ ਹੋਣਗੀਆਂ, ਅਤੇ ਸ਼ੌਕ ਪੰਜਾਬ ਦਾ ਹੀ ਮਜ਼ਾ ਹੈ, ਕੱਪ ਛੱਪ ਵੀ ਅਤੇ ਬਾਜ਼ੀਆਂ ਉਡਾਉਣ ਦਾ ਵੀ, ਜਿਹੜਾ ਨਾ ਅੱਗੋਂ ਹਾਰ ਜਿੱਤ ਵਾਧੇ ਘਾਟੇ ਮੌਸਮਾਂ ਦੇ ਅਤੇ ਨਸੀਬਾਂ ਦੀ ਗੱਲ ਹੈ ਨਾ, ਲੇਕਿਨ ਸ਼ੁਗਲ ਜਿਹੜਾ ਨਾ ਮਜ਼ਾ ਪੰਜਾਬ 'ਚ ਹੀ ਆ। ਅੱਛਾ, ਇੰਸਪਾਇਰਿੰਗ ਪਰਸਨੈਲਿਟੀ ਫਿਲਹਾਲ ਤੁਹਾਡੀ ਕਿਹੜੀ ਚੱਲਦੀ ਪਈ? ਯਾਰ ਮੈਂ ਇਸ ਸ਼ਖਸ ਤੋਂ ਜਾਂ ਇਸ ਪਲੇਅਰ ਤੋਂ ਬੜਾ ਇੰਸਪਾਇਰ ਹਾਂ। ਆਪਣੇ ਵਾਲਦ ਸਾਹਿਬ ਤੋਂ ਬਾਅਦ ਮੇਰੇ ਉਸਤਾਦ ਵੀ ਸਨ, ਦੋ ਤਿੰਨ ਬੰਦੇ ਨੇ ਜਿਨ੍ਹਾਂ ਨੂੰ ਦੀ ਗੱਲਾਂ ਸੁਣ ਕੇ ਮੈਨੂੰ ਮਜ਼ਾ ਆਉਂਦਾ ਹੈ। ਕਮਰ ਜ਼ਮਾਨ ਖਾਨ, ਦਲੇਰ ਖਿਡਾਰੀ, ਗੱਲਾਂ ਕਰਦਾ ਦੁਨੀਆ ਪਈ ਲੱਖ ਮੁਖਾਲਫ ਹੋਵੇ ਲੇਕਿਨ ਬੰਦਾ ਦਲੇਰ, ਗੱਲ ਕਰਦਾ 16 ਨੇ ਕਰ, ਠੀਕ ਹੈ, ਅਕਮਲ ਖਾਨ ਦੇ ਬਕੋਲ ਉਹ ਹੀ ਬੰਦਾ, ਠੀਕ ਹੈ। ਨੰਬਰ ਦੋ ਉਸਤਾਦ ਜਾਦ ਬੂਰੇ ਵਾਲਾ, ਓ ਹਾਂ, ਸ਼ੇਖ ਸਲੈਨ ਸਾਹਿਬ ਦੇ ਉਸਤਾਦ ਨੇ, ਮੈਂ ਉਹਨਾਂ ਦੇ ਅਕਸਰ ਇੰਟਰਵਿਊ ਸੁਣਦਾ ਵਾਂ, ਬੰਦਾ ਹਾਜ਼ਰ ਦਿਮਾਗ, ਗੱਲ ਵੀ ਖਰੀ ਕਰਦਾ ਅਤੇ ਗੱਲ ਵੀ ਸਹੀ ਕਰਦਾ, ਇੱਕ ਨੰਬਰ। ਜੇ ਕੋਈ ਪੁਰਾਣੀ ਕਬੂਤਰਬਾਜ਼ੀ ਨੂੰ ਹਾਈਏ ਵੀ ਕੋਈ, ਮੈਂ ਵੇਖਿਆ ਨਾ ਅੱਜ ਕੱਲ੍ਹ ਦੇ ਉਸਤਾਦਾਂ ਜਾਣਦਾ ਅਤੇ ਉਹ ਬੰਦਾ ਸਹੀ ਬਹੁਤ ਅੱਛਾ ਉਸਤਾਦ ਮੇਰਾ, ਯਾਨੀ ਕਿ ਮੈਂ ਆਪਣੇ ਵਾਲਦ ਸਾਹਿਬ ਤੋਂ ਬਾਅਦ ਹਾਜ਼ਰ ਦਿਮਾਗ ਜੇ ਬੰਦਾ ਕਿਸੇ ਨੂੰ ਵੇਖਿਆ ਤਾਂ ਮੈਂ ਉਸ ਬੰਦੇ ਨੂੰ ਵੇਖਿਆ। ਉਹੀ ਤਾਂ ਚੰਗੇ ਅਤੇ ਬੜੇ ਨੇ, ਮੁੱਲਾ ਤਾਰਾਂ ਵਾਲਾ ਵੀ ਬੜਾ ਚੰਗਾ ਉਸਤਾਦ ਹੈ, ਆਪਣਾ ਨਈਮ ਭਾਈ ਸ਼ਫੀ ਭਾਈ ਨਈਮ ਸ਼ਫੀ ਸਾਹਿਬ ਬੜੇ ਅੱਛੇ ਮਹਿਮਾਨ ਨਵਾਜ਼, ਕਿਆ ਬਾਤ, ਦੋ ਦਫਾ ਮੁਲਕ ਹੋਏ ਜੀਦਾਰ ਬੰਦੇ, ਬੜੇ ਵੱਡੇ ਜੀ, ਇੰਝ ਹੋਰ ਬੜੇ ਨੇ ਨਾ ਕਿੰਨੇ ਆ ਕਦੇ ਲਵਾਂ, ਸਹੀ ਗੱਲ ਹੈ, ਸਾਡੇ ਚੇਅਰਮੈਨ ਸਾਹਿਬ ਸਾਰੇ ਮਾਸ਼ਾਅੱਲਾ ਬੜੇ ਬਹੁਤ ਅੱਛੇ ਬੰਦੇ ਨੇ, ਜਿਹੜੇ ਸ਼ੌਕ ਕਰਵਾਉਂਦੇ ਨੇ ਉਹ ਸ਼ੌਕ ਕਰਵਾਉਣਾ ਕਿਹੜਾ ਕੋਈ ਸੌਖੀ ਗੱਲ ਹੈ, ਟਾਈਮ ਜ਼ਾਇਆ ਕਰਨਾ ਆਪਣਾ। ਯਾਰ ਸਾਡੇ ਐਤਕੀ ਬੜਾ ਕਮਾਲ ਹੋਇਆ, ਬੜੀ ਗਰਮੀ ਪਈ ਤੇ ਬੜੇ ਬੜੇ ਅੱਛੇ ਉਸਤਾਦ ਉੱਡੇ ਨੇ, ਨਿਯਾਬ ਹੈਦਰ ਸਾਹਿਬ, ਬਹੁਤ ਅੱਛੇ ਲੋਕ ਦੇ ਵਿੱਚ, ਨਿਯਾਬ ਦਰਜੀਆ ਸਾਹਿਬ, ਖਾਲਦ ਰਬਾਨੀ ਸਾਹਿਬ, ਵੀਡੀਓ ਦੇਖੇ ਨੇ ਬੜੇ ਕਬੂਤਰ ਵੀ ਚੰਗੇ, ਤੇ ਮੁੰਡਾ ਵੀ ਪੜ੍ਹੇ ਲਿਖੇ ਨੇ, ਆਪਣਾ ਐਜੂਕੇਟਿਡ ਬੰਦਾ ਹੈ, ਸਮਝਦੇ ਨੇ ਕਬੂਤਰਬਾਜ਼ੀ ਨੂੰ, ਤੇ ਫਿਰ ਆ ਹੀ ਅੰਦਰ ਫਿਰ ਸ਼ੌਰ ਜਿਸ ਬੰਦੇ ਨੂੰ ਆਵੇ ਤੇ ਉਹ ਕਰ ਹੀ ਲੈ। ਰਾਣਾ ਕੋਕੂ ਸਾਹਿਬ ਕਿਆ ਕਹਿੰਦੇ ਉਹਨਾਂ ਦੇ ਵੀ, ਚੋਈ ਸਖੀ ਸਾਹਿਬ, ਸਾਰੇ ਰਾਣਾ ਨੀ ਸਾਹਿਬ, ਬਹੁਤ ਅੱਛੇ, ਬੜੇ ਬੜੇ ਅੱਛੇ ਉਸਤਾਦ ਨੇ ਜੀ, ਬੜੇ ਬੜੇ ਅੱਛੇ ਉਸਤਾਦ। ਮੇਰੇ ਆਪਣੇ ਦੋਸਤ ਉਸਮਾਨ ਭੱਟ ਸਾਹਿਬ ਬੜੇ ਨੁਸਖਾ ਜਿਹਾ ਸ਼ੇਅਰ ਕਰਦੇ ਰਹਿੰਦੇ, ਕਰਨੇ ਚਾਹੀਦੇ ਯਾਰ, ਕਿਹੜੇ ਨਾਲ ਲੈ ਕੇ ਜਾਂਦੇ। ਮੈਂ ਤਾਂ ਤੁਹਾਨੂੰ ਦੱਸਣ ਦਿਆਂ, ਮੈਂ ਮੁਖਾਲਫਾਂ ਨੂੰ ਵੀ ਜਿਹੜਾ ਆ ਜਾਵੇ ਉਹਨੂੰ ਵੀ ਦੱਸ ਦੋ, ਮੇਰਾ ਯਾਰ ਤਾਰਕ ਗੁਜਰ, ਬੜੇ ਨੁਸਖੇ ਸ਼ੇਅਰ, ਖੁੱਲੇ ਦਿਲ ਦਾ ਆਦਮੀ, ਜ਼ਰਾ ਡੀਲ ਡੋਲਦਾ ਹੈਗਾ, ਪੰਜਾਬੀ ਲਹਿਜਾ ਹੈਗਾ, ਬਿਲਕੁਲ, ਬੜੇ ਬੜੇ ਲੈਜੈਂਡ ਹੋਏ ਨੇ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸ਼ੋਹਰਤ ਜਿਹੜੀ ਹੈ ਨਾ ਉਹ ਪੈਸੇ ਨਾਲ ਨਹੀਂ ਹੁੰਦੀ, ਅਤੇ ਜਾਂ ਇਹ ਨਾ ਨਹੀਂ, ਬੰਦਾ ਉਹ ਹੀ ਚੰਗਾ ਹੈ
ਜਿਹਦਾ ਇਮਾਨ ਮਜ਼ਬੂਤ ਹੈ ਅਤੇ ਜਿਹੜਾ ਮੁਖਲਸ ਹੈ ਆਪਣੇ ਸ਼ਾਗਿਰਦਾਂ ਨਾਲ ਆਪਣੇ ਉਹਨਾਂ ਨਾਲ ਅਗਲੇ ਜਹਾਨ ਵੀ ਉਸੇ ਦੀ ਪੁੱਛ ਹੋਣੀ ਹੈ ਅਤੇ ਉਸੇ ਦੀ ਸ਼ੋਹਰਤ ਹੋਣੀ ਹੈ। ਇਹ ਜਿਹੜੀਆਂ ਸ਼ੋਹਰਤਾਂ ਆ ਅੱਜ ਕੱਲ੍ਹ ਆ ਕਿ ਮੈਂ ਇੰਨੇ ਕੱਪ ਜਿੱਤ ਲਿਆ ਅਤੇ ਮੈਂ ਇਹ ਕੋਈ ਨਹੀਂ, ਇਹ ਕੋਈ ਅਹਿਮੀਅਤ ਨਹੀਂ ਰੱਖਦੀ। ਬੰਦਾ ਜਿਹੜਾ ਇਮਾਨਦਾਰ ਹੋਣਾ ਚਾਹੀਦਾ, ਬੰਦਾ ਹੱਕ ਨਾ ਖਾਵੇ ਅਤੇ ਆਪਣਾ ਜਿਹੜਾ ਉਹਨਾਂ ਦਾ ਬੰਦਾ ਉਹਨਾਂ ਨੂੰ ਦੱਸੇ। ਸਾਡੇ ਦੋਸਤ ਨੇ ਉਸਤਾਦ ਮਨਜੀਤ ਸਿੰਘ ਔਜਲਾ ਸਾਹਿਬ ਅਮੈਰੀਕਾ ਤੋਂ, ਉਹ ਸਾਡੇ ਵੀਡੀਓਜ਼ ਬੜੇ ਲਾਈਕ ਕਰਦੇ ਨੇ, ਬੜੇ ਸ਼ੌਕ ਨਾਲ ਵੇਖਦੇ ਨੇ। ਸਾਡੇ ਪੇਟੀ ਭਰਾ ਸਰਦਾਰ ਨੇ, ਸਰਦਾਰ ਨੇ ਲੋ ਜੀ ਭਾਈ, ਮੈਨੂੰ ਉਂਝ ਹੀ ਬੜਾ ਪਿਆ। ਮੇਰੇ ਆਪਣੇ ਜਿੰਨੇ ਹੈ ਨੇ ਕਮਾਲ ਬੰਦੇ ਹੈਗੇ ਨੇ, ਉਹਨਾਂ ਨੂੰ ਫਿਰ ਫਨ ਵੀ ਕਬੂਤਰਬਾਜ਼ੀ ਦਾ, ਆਮ ਬੰਦੇ ਨਹੀਂ ਨੇ ਯਾਰ। ਇੱਕ ਤਾਂ ਹੁੰਦਾ ਨਾ ਸ਼ੌਕੀਨ, ਲੇਕਿਨ ਉਹਨਾਂ ਨੇ ਪੂਰੀ ਕਮਾਂਡ ਹਾਸਲ ਹੈ। ਕਾਸ਼ੀ ਸਾਹਿਬ ਇੱਕ ਮਿੰਟ, ਅਖਲਾਕ ਬੜਾ ਵੱਡਾ। ਦੇਖੋ ਜੀ ਉਹ ਜਦੋਂ ਇੱਥੇ ਆਉਂਦੇ ਨੇ ਸਾਡੇ ਲਾਹੌਰ ਆਉਂਦੇ ਨੇ ਜਾਂ ਨਨਕਾਣਾ ਸਾਹਿਬ ਆਉਂਦੇ, ਅਸੀਂ ਉਹਨਾਂ ਨੂੰ ਇੰਝ ਭਰਾਵਾਂ ਵਾਂਗੂ ਹੱਥਾਂ 'ਤੇ ਚੁੱਕਦੇ ਹਾਂ ਵੀ ਅਤੇ ਇੰਝ ਵੀ ਬੜੇ ਜੀਤ ਹੋ। ਮੇਰਾ ਜਿਹੜਾ ਸ਼ਗੀਰਦ ਵਡਿਆਈ ਸਿੰਘ ਹੋ ਗਿਆ, ਮਲਕੀਤ ਹੋ ਗਿਆ, ਮਨਪ੍ਰੀਤ ਹੋ ਗਿਆ, ਇਹਨਾਂ ਇਹ ਇੰਨੇ ਦਲੇਰ ਬੰਦੇ ਨੇ, ਕਦੀ ਕੋਈ ਚੀਜ਼ ਹੋਵੇ ਨਾ ਅਤੇ ਇਹਨਾਂ ਨੂੰ ਬੰਦਾ ਇੱਕ ਦਫਾ ਕਹਿ ਦੇਣਾ ਯਾਰ ਆਹ ਫਲਾਣੇ ਚੀਜ਼। ਹੁਣ ਮੈਨੂੰ ਇੱਥੋਂ ਕੋਈ ਸਟੋਰੀ ਇੱਕ ਨੰਬਰ ਨਹੀਂ ਸੀ ਲੱਭਦੀ। ਫਿਰ ਤੁਸੀਂ ਇੰਡੀਆ ਤੋਂ ਮੰਗਵਾਈ? ਦੁਬਈ ਤੋਂ ਸਾਊਦੀਆ ਮੈਂ ਮੱਕੇ ਉਮਰਾ ਕਰਨ ਗਿਆ ਅਤੇ ਮੈਂ ਉੱਥੇ ਵੀ ਲੱਭਦਾ ਰਿਹਾ ਕਸਤੂਰੀ, ਬਾਜ਼ਾਰ ਵੇਖਾਂ। ਮੈਂ ਕਿਹਾ ਸੁਣਿਆ ਸੀ ਕਿ ਇੱਥੇ ਜਿਹੜੇ ਇਹਨਾਂ ਦੋ ਨੰਬਰ ਚੀਜ਼ਾਂ ਨਹੀਂ ਹੁੰਦੀਆਂ ਅਤੇ ਮੈਂ ਉੱਥੇ ਵੇਖਿਆ ਅਤੇ ਮੋਤੀਆਂ ਵੀ ਚਾਈਨਾ ਦੇ ਲੜੀਆਂ ਲਮਕਣ ਪਈਆਂ ਅਤੇ ਬੱਕਰੀ ਦੇ ਨਾਫੇ ਵੀ ਉਹਨਾਂ ਨੇ ਪੰਜਾਹ ਪੰਜਾਹ ਰਿਆਲ ਦੇ, ਯਾਨੀ ਕਿ ਪਾਕਿਸਤਾਨੀ ਦੋ ਦੋ ਚਾਰ ਚਾਰ ਹਜ਼ਾਰ ਦੇ। ਮੈਂ ਕਿਹਾ ਯਾਰ ਇਹ ਤਾਂ ਦੋ ਨੰਬਰ ਹੈ, ਇੱਥੇ ਵੀ ਇਹ ਚੀਜ਼ ਦੋ ਨੰਬਰ। ਕੋਰੀਆ ਹੋ ਗਿਆ, ਇੰਡੀਆ ਹੋ ਗਿਆ, ਇਹਨਾਂ ਇਲਾਕਿਆਂ 'ਚ ਹਜੇ ਵੀ ਚੀਜ਼ਾਂ ਚੰਗੀਆਂ ਨੇ। ਦੇਖੋ ਜੀ ਸਾਡੇ ਜਿਹੜੇ ਵੀ ਨਾ ਉਹ ਗੱਲ ਸੁਣੋ, ਸਾਡੇ ਜਿਹੜੇ ਨੇ ਨਾ ਹਮਦਰਦ ਕਰਸ਼ੀ ਅਜਮਲ ਉਜਮਲ ਅਜਮਲ ਇਹ ਪੂਰੀਆਂ ਚੀਜ਼ਾਂ ਪਾਉਂਦੇ ਨੇ, ਲਿਖੀਆਂ ਉੱਤੇ 50 ਹੁੰਦੀਆਂ ਨੇ, ਵਿੱਚ ਨਾ ਕੋਈ ਵਰਗ ਨਜ਼ਰ ਆਉਂਦਾ ਹੈ ਅਤੇ ਨਾ ਕੋਈ ਚੀਜ਼ ਨਜ਼ਰ ਆਉਂਦੀ ਹੈ। ਉਹਨਾਂ ਇਲਾਕਿਆਂ 'ਚ ਮੈਡੀਸਨ ਦੇ ਉੱਤੇ ਹਜੇ ਵੀ ਪਾਬੰਦੀ ਹੈ, ਬੜਾ ਐਕਸ਼ਨ ਹੁੰਦਾ। ਉਹ ਹਰਬਲ ਚੀਜ਼ਾਂ ਬੜੀਆਂ ਇਸਤੇਮਾਲ, ਹਾਂ ਬਹੁਤ ਇਸਤੇਮਾਲ, ਇਹ ਉਹਨਾਂ ਨੂੰ ਕ੍ਰੈਡਿਟ ਹੈ। ਹਾਂ ਉਸਤਾਦ ਜੀ ਬੜੀ ਸ਼ੁਕਰ ਗੁਜ਼ਾਰੀ ਤੁਹਾਡੀ, ਬੜੀ ਮਿਹਰਬਾਨੀ ਤੁਸੀਂ ਇਨਵਾਈਟ ਮੈਨੂੰ ਕੀਤਾ, ਮੈਨੂੰ ਬੜਾ ਅੱਛਾ ਲੱਗਾ। ਔਰ ਵਾਕਈ ਮੈਂ ਤੁਹਾਨੂੰ ਮੰਨ ਗਿਆ ਕਿ ਤੁਸੀਂ ਕਾਰੀਗਰ ਉਸਤਾਦ ਹੋ। ਬਹੁਤ ਜੀਆਂ ਦੁਆਵਾਂ ਤੁਹਾਡੇ ਲਈ, ਜਨੂਨੀ ਆ ਸ਼ੌਕ ਕਰਵਾਉਣ ਵਾਲੇ ਬੰਦੇ ਆ, ਤੁਹਾਡੇ ਲਈ ਬਹੁਤ ਦੁਆਵਾਂ, ਬੜੀ ਬਲੈਸਿੰਗਸ। ਔਰ ਅਸੀਂ ਤੁਹਾਨੂੰ ਵਿਸ਼ ਕਰਦੇ ਹਾਂ, ਮੁਬਾਰਕਾਂ ਦਿੰਦੇ ਹਾਂ। ਲਾਸਟ 'ਚ ਕੋਈ ਮਿੱਠਾ ਪੈਗਾਮ ਦੇ ਦਿਓ ਕਬੂਤਰਬਾਜ਼ ਭਰਾ। ਯਾਰ ਮਿੱਠਾ ਪੈਗਾਮ ਇੱਕ ਰਿਕੁਐਸਟ ਹੈ ਮੇਰੀ, ਅਗਰ ਜੇ ਸਾਰੇ ਭਰਾਈ ਸੁਣ ਲੈਣ, ਖਾਸ ਕਰਕੇ ਕਰਾਚੀ ਦੇ ਉਸਤਾਦਾਂ ਵਾਸਤੇ। ਯਾਰ ਪੰਜਾਬ ਦੀ ਕਬੂਤਰਬਾਜ਼ੀ ਹੋਣ ਜਿਹੜੀ ਹੈ ਨਾ, ਉਹਦੇ ਵਿੱਚ ਬਹੁਤ ਸਾਰੀਆਂ ਸ਼ਿਕਾਇਤਾਂ ਐਸੀਆਂ ਮਿਲੀਆਂ ਕਿ ਕਰਾਚੀ ਤੋਂ ਪੱਟੀ ਵਾਲੇ ਕਬੂਤਰ ਬਹੁਤ ਆ ਰਹੇ ਨੇ, ਔਰ ਇਹਦਾ ਮੈਂ ਆਪ ਖੁਦ ਗਵਾਹ ਵੀ ਹਾਂ। ਅੱਲਾ ਜਿੰਨਾ ਨਸੀਬ ਕਰੇ, ਅਮਰ ਸ਼ਕੀਲ ਭਾਈ ਮਰੂਮ ਮੇਰਾ ਬੜਾ ਪਿਆਰਾ ਦੋਸਤ ਸੀ, ਮੈਂ ਉਹਦੀ ਛੱਤ 'ਤੇ ਗਿਆ ਅਤੇ ਉਹ ਵੀ ਅਕਸਰ ਕਰਾਚੀ ਕਰੂਚੀ ਜਾਂਦੇ ਸੀ ਅਤੇ ਮੈਂ ਦੇਖਿਆ ਤਾਂ 5 ਜੋੜੇ ਪੱਟੀ ਵਾਲੇ ਪੈ। ਮੈਂ ਕਿਹਾ ਯਾਰ ਤੂੰ ਇਹ ਕੀ ਕੰਮ, ਇਹ ਕਿੱਥੋਂ ਲਿਆਉਂਦੇ ਨੇ? ਕਹਿੰਦਾ ਉਸਤਾਦ ਮੈਂ ਮਿਕਸ ਕਰਨ ਵਾਸਤੇ ਨਹੀਂ, ਉਂਝ ਆਪਣੇ ਸ਼ੌਕ ਵਾਸਤੇ ਲਿਆਉਂਦੇ ਨੇ, ਤਾਂ ਮੈਨੂੰ ਫਲਾਣੇ ਉਸਤਾਦ ਨੇ ਦਿੱਤੇ ਨੇ ਕਰਾਚੀ ਤੋਂ, ਉਹ ਅੱਜ ਇਸ ਟਾਈਮ ਟੋਪ ਲੈਵਲ ਦੇ ਉਸਤਾਦ ਨੇ ਕਰਾਚੀ ਦੇ। ਮੈਨੂੰ ਬੜਾ ਦੁੱਖ ਹੋਇਆ। ਫਿਰ ਮੈਂ ਇੱਕ ਦੋ ਇੰਟਰਵਿਊ ਸੁਣੇ ਉਸਤਾਦਾਂ ਨੇ ਕਿ ਹਮਨੇ ਪੰਜਾਬ ਮੇਂ ਪੱਟੀ ਵਾਲੇ ਕਬੂਤਰ ਭੇਜੇ ਹੈ, ਕਰਾਸ ਵਾਲੇ ਯੇ ਵੋ। ਅਤੇ ਯਾਰ ਇਹ ਰਿਕੁਐਸਟ ਹੈ, ਤੁਸੀਂ ਬਹੁਤ ਮੁਹਤਰਮ ਹੋ, ਅੱਛੇ ਉਸਤਾਦ ਹੋ, ਨਾਮ ਵਾਲੇ ਉਸਤਾਦ ਹੋ। ਸਾਡੇ ਪੰਜਾਬ ਵਾਲਿਆਂ ਦਾ ਸ਼ੌਕ ਖਰਾਬ ਹੁੰਦਾ ਹੈ। ਇੱਥੇ ਪੰਜਾਬ ਦੇ ਵਿੱਚ ਤੁਸੀਂ ਹਲਫ ਲੈ ਕੇ ਵੀ ਕਿਸੇ ਬੰਦੇ ਨੂੰ ਦਿਓਗੇ ਨਾ ਕਿ ਯਾਰ ਤੁਸੀਂ ਉਡਾਉਣੇ ਨੇ ਕੱਪਾਂ ਘਰ ਦੇ ਵਿੱਚ, ਜਾਂ ਉਹ ਫਿਰ ਵੀ ਉਡਾ ਲੈਂਦੇ ਨੇ ਬੰਦੇ, ਬੰਦੇ ਪੈਸੇ ਪਿੱਛੇ ਬੜਾ ਕੁਛ ਕਰ ਲੈਂਦੇ ਨੇ। ਅਤੇ ਮਿਹਰਬਾਨੀ ਕਿ ਕਬੂਤਰ ਜਿਹੜੇ ਨੇ ਨਾ
ਨਾ ਭੇਜਿਆ ਕਰੋ ਇੱਥੇ ਪੱਟੀ ਵਾਲੇ ਪੰਜਾਬ ਵਾਲੀ ਸਾਈਡ ਦੇ ਉੱਤੇ, ਫਿਰ ਦੱਸਿਆ ਵੀ ਕਰੋ ਜੇਕਰ ਕੋਈ ਜਿੱਤ ਜਾਵੇ ਨਾ ਔਰ ਤੁਹਾਨੂੰ ਨਜ਼ਰ ਆਈ ਵੀ ਕਿ ਪੱਟੀ ਵਾਲੇ ਨੇ ਡਾਇਆ ਸੀ ਅਤੇ ਉਹ ਪਾ ਕੇ ਜਿੱਤਿਆ ਤਾਂ ਫਿਰ ਦੱਸ ਦਿਆ ਕਰੋ ਵੀ, ਤਾਂ ਕਿ ਇੱਥੇ ਗਰੀਬਾਂ ਦਾ ਹੱਕ ਨਾ ਮਾਰੇ ਜਾਏ ਜਿਨ੍ਹਾਂ ਨੇ ਮਿਹਨਤ ਕੀਤੀ ਹੁੰਦੀ ਹੈ। ਇਹ ਕਬੂਤਰਬਾਜ਼ੀ ਸੌਖੀ ਨਹੀਂ ਹੈ, ਉਹ ਮੈਂ ਆਉਂਦਾ ਵਾਂ ਬਾਹਰੋਂ ਕਬੂਤਰਬਾਜ਼ੀ ਕਰਨ, ਮੈਨੂੰ ਪਤਾ ਮੈਂ ਕਿਵੇਂ ਰਾਤ 3:30 ਵਜੇ ਉੱਠ ਕੇ ਜਗਰਾਤੇ ਕੱਟਣਾ ਅਤੇ ਫਿਰ ਰਾਤ ਜਾ ਕੇ 10-11 ਵਜੇ ਸੋਣਾ, ਦੋ ਦੋ 3-3 ਘੰਟੇ ਦੀ ਨੀਂਦ ਹੁੰਦੀ ਹੈ। ਅਤੇ ਜੇ ਕੋਈ ਆ ਕੇ ਬੰਦਾ ਬੇਹੱਕ ਲੈ ਜਾਵੇ ਐਂ ਤਾਂ ਫਿਰ ਦੁੱਖ ਹੁੰਦਾ ਹੈ, ਜਾਂ ਤਾਂ ਉਸਤਾਦੀ ਆਪਣੀ ਵਿਖਾਉਣ ਆਪਣੇ ਸਹੀ ਕਬੂਤਰ ਉਡਾਉਣ ਅਤੇ ਫਿਰ ਤਾਂ ਠੀਕ ਹੈ। ਸਰ ਜੀ ਲੇਕਿਨ ਜੋ ਐਤਕੀ ਗਰਮੀ ਪਈ ਹੈ ਪੱਟੀ ਵਾਲਾ ਨਹੀਂ ਸੀ ਉੱਠ ਸਕਦਾ? ਉਹ ਯਾਰ ਪੱਟੀ ਵਾਲਿਆਂ ਵਿੱਚ ਵੀ ਦੋ ਕਿਸਮਾਂ ਹੁੰਦੀਆਂ, ਮੈਂ ਜ਼ਿੰਦਗੀ ਦੇ ਵਿੱਚ ਇੱਕ ਬਾਜ਼ੀ ਪੱਟੀ ਵਾਲਿਆਂ ਕੋਲ ਹਾਰ, ਪਹਿਲੀ ਬਾਜ਼ੀ ਹਰਿਆ ਪੱਟੀ ਵਾਲਿਆਂ ਕੋਲ, ਹੁਣ ਮੈਨੂੰ ਸੁਣੋ, ਬਹਿਰੀਨ ਦੇ ਵਿੱਚ ਟੋਬੇ ਟੇਕ ਸਿੰਘ ਦੇ ਕਮਾਂਡੋ ਵਿੱਚ ਕੰਮ ਕਰਦੇ ਸਨ, ਕਮਾਂਡੋ ਸਨ ਮੁੰਡੇ ਅਕਰਮ ਉਰੀ ਅਤੇ ਟੋਬੇ ਟੇਕ ਸਿੰਘ ਦੇ ਸਨ, ਮੈਨੂੰ ਨਹੀਂ ਸੀ ਪਤਾ ਉਸ ਟਾਈਮ, ਮੈਨੂੰ ਪਤਾ ਹੀ ਨਹੀਂ ਸੀ ਪੱਟੀ ਵਾਲਾ ਹੁੰਦਾ ਕੀ ਹੈ। ਅੱਛਾ ਠੀਕ ਹੈ, 2000 ਦਿਨਾਰ ਦੀ ਬਾਜ਼ੀ ਲੱਗ ਗਈ, 2000 ਦਿਨਾਰ ਇਹ ਹੁਣ ਤੁਸੀਂ ਤਕਰੀਬਨ ਤੁਹਾਡਾ 10-12 ਲੱਖ ਰੁਪਈਆ, ਉਸ ਟਾਈਮ ਵੀ ਚੰਗੇ ਭੱਲੇ ਰੁਪਈਏ ਬਣ ਜਾਂਦੇ ਸਨ। ਲਓ ਜੀ ਬਾਜ਼ੀ ਲੱਗ ਗਈ, ਉਡਾ ਤੇ ਉਹਨਾਂ ਨੇ ਉਡਾ ਤੇ, ਮੈਂ ਵੀ ਉਡਾ ਤੇ, ਮੇਰਾ ਆਖਰੀ 2-2.5 ਵਜੇ ਬਵੇ ਜੇਠ ਵਿੱਚ, ਉਹਨਾਂ ਦਾ ਪਹਿਲਾ ਉਹ ਢਾਂਗੀ ਖੜੀ ਕਰਨ ਅਤੇ ਪਹਿਲਾ ਬਹਿਵੇ ਨਾਲ ਹੀ ਦੂਜਾ ਤੀਜਾ ਜੋ ਸਾਰੇ ਪੂਰੇ ਕਰ ਜਾਣ, ਮੈਂ ਕਿਹਾ ਇਹ ਕਿਹੜੀ ਨਸਲ ਹੈ। ਖੈਰ ਉਸ ਟਾਈਮ ਪਾਬੰਦੀ ਵੀ ਕੋਈ ਨਹੀਂ ਸੀ, ਉਹ ਬਾਜ਼ੀ ਮੈਂ ਪਹਿਲੀ ਹਰਿਆ ਉਹਨਾਂ ਵਿੱਚ। ਫਿਰ ਜਿਹੜਾ ਮੈਨੂੰ ਆਈਡੀਆ ਹੋਇਆ, ਫਿਰ ਬਾਅਦ ਬੈਨ ਲੱਗ ਗਿਆ, ਫਿਰ ਉੱਥੋਂ ਵੀ ਬੈਨ ਹੋ ਗਿਆ। ਉਹਨਾਂ ਦੇ ਨਾਲ ਜਦੋਂ ਫਿਰ ਮੇਰੀ ਗੱਪਸ਼ਪ ਹੋਈ, ਉਹਨਾਂ ਨੇ ਦੱਸਿਆ ਸੁਣਿਆ ਜਿਹੜਾ ਬੈਨ ਲੱਗਾ ਸੀ ਬੜਾ ਖਤਰਨਾਕ ਲੱਗਾ ਸੀ, ਜਿੰਦੇ ਕੋਲ ਬਰਾਮਦ ਹੁੰਦੇ ਸੀ ਦਸਤੀ ਛੁਰੀਆਂ, ਛੁਰੀ ਫੇਰ ਦਿੱਤੀ ਸੀ। ਅੱਛਾ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਕਿ ਸਾਡੇ ਕਬੂਤਰਾਂ 'ਚ 2 ਕੁਆਲਿਟੀ ਦੇ ਕਬੂਤਰ ਹੁੰਦੇ ਨੇ, ਇੱਕ ਹੁੰਦੇ ਨੇ ਕੌੜੇ, ਇੱਕ ਹੁੰਦੇ ਨੇ ਮਿੱਠੇ। ਜਿਹੜੇ ਕੌੜੇ ਕਬੂਤਰ ਨੇ ਨਾ ਉਹ ਬੰਦ ਵੀ ਜਾਂਦੇ ਨੇ ਸਾਰਾ ਦਿਹਾੜੀ, ਡੁੱਬ ਕੇ ਵੀ ਉੱਡਦੇ ਨੇ ਅਤੇ ਘਰ ਦੇ ਉੱਤੇ ਉੱਡਦੇ ਨੇ, ਜੇ ਉਹਨਾਂ ਨੂੰ ਬਾਹਰ ਲੈ ਆਈਏ ਤਾਂ ਫਿਰ ਵਾਪਸ ਘਰ ਆ ਜਾਂਦੇ ਨੇ, ਉਹ ਬੰਦ ਡੁੱਬ ਕੇ ਉੱਡਦੇ ਨੇ। ਅਤੇ ਜਿਹੜੇ ਮਿੱਠੇ ਨੇ ਉਹਨਾਂ ਨੂੰ ਜਿੱਥੇ ਮਰਜ਼ੀ ਜਾ ਕੇ ਛੱਡ ਜਾਓ, ਉੱਥੇ ਹੀ ਬਹਿਣਗੇ, ਉੱਥੇ ਢਾਂਗੀ ਦੇ ਉੱਤੇ ਲੱਗੇ ਹੁੰਦੇ ਨੇ। ਇਸ ਵਜ੍ਹਾ ਤੋਂ ਇਹਨਾਂ ਦੇ ਵਿੱਚ ਇਹ ਬਲੱਡ ਲਾਈਨ ਜਿਹੜੀ ਕੌੜੇ ਨੇ ਨਾ, ਇਹ ਜਦੋਂ ਤੁਸੀਂ ਆਪਣੇ ਹਾਈ ਫਲਾਇਰ 'ਚ ਵੀ ਕ੍ਰਾਸ ਕਰੋ, ਬੰਦ ਵੀ ਹੁੰਦੇ ਨੇ, ਘਰ ਵੀ ਬਹਿੰਦੇ ਨੇ, ਰਾਤ ਦੇ ਪੱਕੇ ਵੀ ਹੁੰਦੇ ਨੇ। ਇਹ ਵਜ੍ਹਾ ਵੇ, ਹੋਰ ਕੋਈ ਵਜ੍ਹਾ ਨਹੀਂ ਹੈ। ਕੋਈ ਪੈਗਾਮ ਦੇਣਾ ਜੋ ਰਿਕੁਐਸਟ ਤੁਸੀਂ ਕਰ ਦਿੱਤੀ? ਸੋਹਣਾ ਸ਼ੌਕ ਕਰੋ, ਸਾਫ਼ ਸੁਥਰਾ ਕਰੋ, ਪੋਸਟਾਂ ਪਾਸਟਾਂ ਜਿਹੜੀਆਂ ਨਾ ਖੇਡੋ। ਯਾਰ ਕਿ ਮੈਂ ਵੀ ਕਿਸੇ ਦੀ ਨਹੀਂ ਲਵਾਈ ਜਿੱਤਿਆ, ਮੈਂ ਵੀ ਬੜੇ ਬੜੇ ਨਾਮੀ ਗ੍ਰਾਮੀ ਉਸਤਾਦਾਂ ਕੋਲੋਂ ਹਾਂ ਯਾਰ। ਇਹ ਬੜਾ ਅੱਛਾ ਕੰਮ, ਲੇਕਿਨ ਮੈਂ ਉਹ ਕਹਿੰਦੇ ਨਹੀਂ ਪੋਸਟਾਂ ਲੱਗ ਲੱਗ ਕੇ ਜਿਵੇਂ ਬੰਦੇ ਦਾ ਮੱਛ ਮਾਰਿਆ ਜਾਂਦਾ, ਮੇਰਾ ਵੀ ਮੱਛ ਮਰ ਗਿਆ। ਮੇਰੇ ਸ਼ਾਗਿਰਦਾਂ ਨੇ ਇੰਨੀਆਂ ਕੁ ਪੋਸਟਾਂ ਲਾ ਲਾ ਕੇ, ਹੁਣ ਪਤਾ ਹੀ ਦੁਨੀਆ ਵਹਿੰਦੀ ਕਿ ਨਹੀਂ ਵਹਿੰਦੀ, ਬੜੇ ਜਿੱਤੇ ਆ, ਹਰ ਇਲਾਕੇ 'ਚ ਹਰ ਉਸਤਾਦ ਦੇ ਸ਼ਾਗਿਰਦ ਬੈਠੇ ਨੇ। ਲੇਕਿਨ ਨਹੀਂ ਇੱਜ਼ਤ ਦਿੱਤਾ ਹੈ, ਸ਼ਾਗਿਰਦਾਂ ਦਾ ਬਣਦਾ ਹੈ ਹੱਕ, ਉਹਨਾਂ ਦਾ ਟਾਈਮ ਹੈ, ਉਹਨਾਂ ਨੂੰ ਜ਼ਾਹਰੀ ਸ਼ੌਕ। ਲੇਕਿਨ ਹੁਣ ਆਪਣਾ ਆ ਕੇ ਨਾ ਮੱਛ ਮਾਰ ਗਿਆ, ਹੁਣ ਨਹੀਂ ਪੋਸਟਾਂ ਦਾ। ਵਾਹ ਜੀ ਵਾਹ, ਬੜਾ ਮਜ਼ਾ ਆਇਆ ਇੱਕ ਵਾਰ ਫਿਰ ਤੁਹਾਡੇ ਨਾਲ ਮਿਲ ਕੇ, ਬੜੀ ਦੇਰ ਦੀ ਹਸਰਤ ਵੀ ਸੀ। ਅਚਾਨਕ ਮੁਲਾਕਾਤ ਹੋਈ, ਤੁਸੀਂ ਇਸਲਾਮਾਬਾਦ ਵਾਲੀ ਛੱਤ, ਇਨਸ਼ਾਅੱਲਾ ਕਿ ਹੋਏਗੀ ਮੁਲਾਕਾਤ, ਉੱਥੇ ਤੁਹਾਨੂੰ ਕਬੂਤਰਾਂ ਦਾ ਸ਼ੌਕ ਵੀ ਅਤੇ ਸਾਰਾ ਕੁਝ ਜਿਹੜਾ ਨਾ ਬਹੁਤ ਅੱਛਾ ਹੋਏਗਾ। ਲੋ ਜੀ ਦੋਸਤੋ, ਉਮੀਦ ਕਰਨਾ ਸ਼ੌਕ ਸ਼ਿਕਾਰ ਇੰਟਰਵਿਊ ਤੁਹਾਨੂੰ ਪਸੰਦ ਆਇਆ ਹੋਏਗਾ। ਮਿਲਣੇ ਨਈ ਵੀਡੀਓ 'ਚ ਨਏ ਸ਼ੌਕ ਦੇ ਨਾਲ, ਖੁਦਾ ਹਾਫਿਜ਼।